ਸ਼ਰੇਆਮ ਕਹਿ ਰਿਹਾ ਕਿ ਸਰਸੇ ਵਾਲੇ ਨੇ ਕੋਈ ਮਾਫ਼ੀ ਨਹੀਂ ਮੰਗੀ ਸੀ, ਉਹਨੇ ਆਪਦਾ ਸਪਸ਼ਟੀਕਰਨ ਦਿੱਤਾ ਤੇ ਉਹ ਕਹਿੰਦੇ ਵੀ ਖੀਰ ਦੇ ਵਿੱਚ ਥਾਂ ਬਚਦੀ ਸੀ ਜਿਹੜੀ ਦੋ ਲੈਣਾ ਦੀ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਕੀ ਹੈ ਕਹਿੰਦੇ ਵਿੱਚ ਦੋ ਲੈਣਾ ਪਵਾਈਆਂ, ਵੀ ਖੇਮਾ ਦਾ ਜਾਚਕਾ ਮੈਂ ਕਿ ਮਾਫ਼ੀ ਨਾਮਾ ਜਿਹੜਾ ਲਿਖਾਇਆ ਗਿਆ ਸੀ। ਉਹਨੇ ਬੰਦੇ ਨੇ ਜ਼ਿਕਰ ਕੀਤਾ, ਸੁਖਬੀਰ ਬਾਦਲ ਕਹਿੰਦਾ ਵੀ ਜਿਵੇਂ ਤੁਹਾਡਾ ਬਾਬਾ ਨਾ ਤੁਹਾਡੇ ਮਾਂ ਕੇ ਇਧਰਲੇ ਪਾਸੇ, ਕਹਿੰਦਾ ਮੈਂ ਇਧਰਲੇ ਪਾਸੇ ਬਾਬਾ, ਤੇ ਕਹਿੰਦਾ ਵੀ ਤੁਸੀਂ ਇਧਰਲੇ ਪਾਸੇ ਮਾਫ਼ੀਨਾਮਾ ਲਿਖਾਓ, ਕਹਿੰਦਾ ਮੈਂ ਮਾਫ਼ੀ ਹੁਣੀ ਕਰਵਾ ਲੈਣਾ, ਜਿਵੇਂ ਸਾਰਾ ਪੰਥ ਕੀ ਆ ਮੁੱਲ ਲਿਆ ਹੋਇਆ ਹੋਵੇ। ਉਸੇ ਚੀਜ਼ ਨੇ ਮਾਂ ਕੇ ਕੀ ਆ ਇਹਨਾਂ ਬੰਦਿਆਂ ਨੂੰ ਮੈਂ ਖਤਮ ਕੀਤਾ। ਸੁਖਬੀਰ ਬਾਦਲ ਕਿਵੇਂ ਚੋਰੀਆਂ ਕਹੀਆਂ, ਕਦੇ ਸਵਿਫਟ ਗੱਡੀ ਤੇ ਬਹਿ ਕੇ ਜਾਂਦਾ, ਕਦੇ ਡੇਰਿਆਂ ਦੇ ਪਿਛਲੇ ਦਰਵਾਜ਼ਿਆਂ ਵਿੱਚ ਦੀ ਜਾ ਕੇ ਮਿਲਦਾ। ਉਹਦਾ ਹੁਣ ਸ਼ਰੇਆਮ ਕਹਿੰਦਾ ਵੀ ਹਰੇਕ ਇਲੈਕਸ਼ਨ 'ਚ 2007 ਤੋਂ ਬਾਅਦ 9 'ਚ ਕਹਿੰਦੇ ਅਸੀਂ ਸਪੋਰਟ ਕੀਤੀ ਆ, 12 ਵਾਲੀ ਇਲੈਕਸ਼ਨ ਸਪੋਰਟ ਕੀਤੀ ਆ, ਫਿਰ 17 ਵਾਲੀ ਦੇ ਵਿੱਚ ਕੀਤੀ ਆ, ਉਹਨਾਂ ਸਾਰੀਆਂ ਇਲੈਕਸ਼ਨ 22 'ਚ ਵੀ ਉਹਦਾ ਕਹਿੰਦੇ ਵੀ ਸਪੋਰਟ ਕੀਤੀ ਆ। ਕੀ ਹੁਣ ਸਿੱਖ ਪੰਥ ਇੱਕ ਦੋਸ਼ੀ ਤੇ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਦੇ ਉੱਪਰ ਸਿੱਖ ਪੰਥ ਹੁਣ ਵਿਸ਼ਵਾਸ ਕਰੂਗਾ? ਕਹਿੰਦਾ ਮੈਂ ਤਾਂ ਪਿਛਲੇ 20 ਸਾਲਾਂ ਤੋਂ ਕਹਿੰਦਾ ਉੱਥੇ ਰਹਿ ਰਿਹਾ ਡੇਰੇ 'ਚ, ਮੇਰਾ ਫੋਨ ਵੀ ਪਿਛਲੇ 20 ਸਾਲਾਂ ਤੋਂ ਕਹਿੰਦਾ ਚੱਲੀ ਜਾਂਦਾ, ਫੋਨ ਵੀ ਨਹੀਂ ਬੰਦ। ਇਹ ਸਾਰੀਆਂ ਗੱਲਾਂ ਬਈ ਚਪੇੜ ਕਿਹਦੇ ਮਾਰਦੀਆਂ ਨੇ, ਸਾਡੀਆਂ ਸਾਰੀਆਂ ਸਿੱਟਾਂ ਦੇ ਮਾਰਦੀਆਂ। ਹੁਣ ਬਲਟੋ ਹੈ ਯਾਰ ਕਿ ਜਿੰਨੀ ਮਰਜ਼ੀ ਲਿਬੜੀ ਪੁੰਝ ਜਾਣ ਬਾਈ, ਹੁਣ ਸਾਫ਼ ਨਹੀਂ ਹੁੰਦੀ। ਇਹ ਪ੍ਰੂਫ ਮੰਗਦੇ ਆ, ਬੜੇ ਕਾਂਡ ਹੋਣਗੇ ਬਲਟੋਹਾ ਸਾਹਿਬ ਦੇ ਆਪਦੇ ਵੀ ਕੀਤੇ ਵੀ, ਤੇ ਹੋਰ ਲੋਕਾਂ ਦੇ ਬੜੇ ਕਾਂਡ ਆ, ਉਹਨਾਂ ਦੇ ਪ੍ਰੂਫ ਨਹੀਂ ਹੁੰਦੇ, ਜਿਹੜੀਆਂ ਕੀ ਆ ਜਾਣ ਬੁੱਝ ਕੇ ਸੋਚ ਸਮਝ ਕੇ ਬਾਈ ਜੀ ਜਿਹੜਾ ਕੰਮ ਕੀਤਾ ਜਾਂਦਾ ਨਾ ਉਹਦੀ ਅਗਲਾ ਵੀਡੀਓਗ੍ਰਾਫੀ ਹੋਣ ਨਹੀਂ ਦਿੰਦਾ। ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਇਹ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕੀਤਾ ਜਾ ਸਕੇ, ਸਿੱਖ ਕੌਮ ਦੀ ਪਾਰਟੀ, ਸਿੱਖਾਂ ਦੀ ਪਾਰਟੀ ਨੂੰ ਖਤਮ ਕੀਤਾ ਜਾ ਸਕੇ, ਤੁਹਾਨੂੰ ਵੀ ਲੱਗਦਾ ਕਿ ਇਹ ਕੋਸ਼ਿਸ਼ਾਂ ਹੋ ਰਹੀਆਂ? ਜੈਪੁਰ ਦੇ ਵਿੱਚ ਜਾ ਕੇ 2017 ਦੇ ਵਿੱਚ ਮਿਲਦੇ ਇਲੈਕਸ਼ਨ ਦੇ ਵਿੱਚ, 2017 ਦੀ ਅਗਲੇ ਨੇ ਤਰੀਕ ਦੱਸਿਆ ਵੀ 4 ਫਰਵਰੀ ਨੂੰ ਵੋਟਾਂ ਪੈਂਦੀਆਂ, ਤੇ 2 ਫਰਵਰੀ ਨੂੰ ਜਾ ਕੇ ਕੀ ਆ ਗ੍ਰੇਟ ਕੈਲਾਸ਼ ਦੇ ਵਿੱਚ ਜਾ ਕੇ, ਉੱਥੇ ਜਾ ਕੇ ਸਰਸੇ ਵਾਲੇ ਕੀ ਆ ਬਾਬੇ ਨੂੰ ਜਾ ਕੇ ਮਿਲਦਾ, ਕੌਣ ਆ? ਸੁਖਬੀਰ ਸਿੰਘ ਬਾਦਲ। ਔਡੀ ਗੱਡੀ ਜਾਂਦਾ, ਉਹਨੇ ਬੰਦੇ ਦਾ ਨਾਂ ਵੀ ਜ਼ਿਕਰ ਕੀਤਾ ਵੀ ਨਾਲ ਕੌਣ ਗਿਆ ਸੀ, ਕਹਿੰਦਾ ਵੀ ਅਜੇ ਟੀਜ਼ਰ ਆ, ਬਾਕੀ ਸਾਰਾ ਕੁਝ ਆਉਣਾ। ਦੇਖੋ ਉਹ ਸਾਰਾ ਕੁਝ ਮੰਨੀ ਜਾ ਰਿਹਾ, ਉਹ ਸਰਸੇ ਵਾਲੇ ਨੂੰ ਵੀ ਕੰਡੈਮ ਕਰ ਰਿਹਾ, ਨਾਲ ਬਾਦਲਾਂ ਨੂੰ ਵੀ ਕੰਡੈਮ ਕਰ ਰਿਹਾ, ਬਖਸ਼ੋ ਕਿਸੇ ਨੂੰ ਨਹੀਂ ਰਿਹਾ। ਕੀ ਲੱਗਦਾ ਪ੍ਰਦੀਪ ਕਲੇਰ ਨੂੰ ਕਟਹਿਰੇ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਆ ਜਾਂ ਫਿਰ ਮਾਫ਼ ਕਰ ਦੇਣਾ ਚਾਹੀਦਾ ਜਿਹਨੇ ਇੰਨਾ ਕੁਝ ਕਰਵਾਇਆ? ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਬੇਅਦਬੀ ਮਾਮਲੇ ਦੇ ਵਿੱਚ ਮੁੱਖ ਗਵਾਹ ਪ੍ਰਦੀਪ ਕਲੇਰ ਦੀ ਇੰਟਰਵਿਊ ਨੇ ਵੱਡੇ ਸਵਾਲ ਸੁਖਬੀਰ ਸਿੰਘ ਬਾਦਲ ਦੇ ਉੱਪਰ ਖੜ੍ਹੇ ਕੀਤੇ, ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਖੜ੍ਹੇ ਕੀਤੇ। ਹਾਲਾਂਕਿ ਉਸ 'ਤੇ ਸਪਸ਼ਟੀਕਰਨ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਬੜੇ ਸਬੂਤ ਦਿਖਾਏ, ਵੱਡੇ ਇਲਜ਼ਾਮ ਜਿਹੜੇ ਆ ਲਾਏ ਅਤੇ ਇੱਥੋਂ ਤੱਕ ਆਖ ਦਿੱਤਾ ਕਿ BJP ਅਤੇ ਆਮ ਆਦਮੀ ਪਾਰਟੀ ਸਾਜ਼ਿਸ਼ ਜਿਹੜੀ ਆ ਉਹ ਰਚਾ ਰਹੇ ਨੇ ਸਾਡੇ ਖਿਲਾਫ, ਸਿੱਖ ਕੌਮ ਦੇ ਖਿਲਾਫ, ਪੰਥ ਦੇ ਖਿਲਾਫ ਇੱਥੋਂ ਤੱਕ ਇਲਜ਼ਾਮ ਉਹਨਾਂ ਨੇ ਲਾ ਦਿੱਤੇ। ਤੋ ਇਸ ਦੇ ਬਾਬਤ ਗੱਲਬਾਤ ਕਰਾਂਗੇ, ਮੇਰੇ ਨਾਲ ਬਾਈ ਰੁਪਿੰਦਰ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰੀਏ, ਫਿਰ ਅਗਲੀ ਗੱਲਬਾਤ ਵਧਾਂਗੇ। ਰੁਪਿੰਦਰ ਬਾਈ ਸਵਾਗਤ RMB ਟੈਲੀਵਿਜ਼ਨ। RMB ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਬਾਈ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਪ੍ਰਦੀਪ ਕਲੇਰ ਹੋਰਾਂ ਦੀ ਇੱਕ ਇੰਟਰਵਿਊ ਆਉਂਦੀ ਆ ਜਿਹੜੀ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪ੍ਰਦੀਪ ਕਲੇਰ ਹੋਰੇ ਜਿਹੜੇ ਆ, ਹਾਲਾਂਕਿ ਕੇਸ ਹਾਲੇ ਚੱਲ ਰਿਹਾ, ਇੰਟਰਵਿਊ ਦੇਣਗੇ। ਇੰਟਰਵਿਊ ਦੇ ਵਿੱਚ ਵੱਡੇ ਇਲਜ਼ਾਮ ਜਿਹੜੇ ਆ ਉਹ ਲਾ ਦਿੱਤੇ ਜਾਂਦੇ ਸੁਖਬੀਰ ਸਿੰਘ ਬਾਦਲ 'ਤੇ, ਜਿਹੜੀਆਂ ਗੱਲਾਂ ਚੱਲਦੀਆਂ ਜਾਂ ਜਿਹੜੇ ਸਵਾਲ ਖੜ੍ਹੇ ਹੁੰਦੇ ਸੀ, ਤਾਂ ਸ਼ਾਇਦ ਉਸ ਇੰਟਰਵਿਊ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ 'ਤੇ ਵੀ ਪਰਦਾ ਪਾਸੇ ਹੋਇਆ ਕਿ ਐਸਾ ਕੁਛ ਹੋਇਆ, ਕਿਉਂਕਿ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਾਏ, ਕਿਵੇਂ ਦੇਖਦੇ ਹੋ? ਦੇਖਣਾ ਤਾਂ ਵੀ ਇਹ ਆ ਕਿ ਮੈਂ ਤਾਂ ਕਹਿੰਦਾ ਵੀ ਜਿਹੜੀਆਂ ਕੱਲ੍ਹ ਗੱਲਬਾਤ ਹੋਈ ਆ ਰਿਤੇਸ਼ ਲੱਖੀ ਵਾਲੇ ਮਾਕ ਉਹਦੇ ਚੈਨਲ 'ਤੇ ਆਈ ਆ, ਮੈਂ ਪਿਛਲੇ ਪਾਸਿਓਂ ਜੇ ਆਪਾਂ ਗੱਲ ਕਰੀ ਨਾ, ਸਭ ਤੋਂ ਅਖੀਰ ਜਿਹੜੀ ਉਹਨੇ ਗੱਲ ਕਹੀ ਆ ਨਾ ਵੀ ਅਜੇ ਟੀਜ਼ਰ ਆ, ਇਹ ਅਜੇ ਫਿਲਮ ਬਾਕੀ ਆ, ਅਤੇ ਫਿਲਮ ਜਿਹੜੀ ਕੀ ਆ ਲੋਕਾਂ ਦੇ ਦਿਮਾਗ ਦੇ ਵਿੱਚ ਬਣ ਚੁੱਕੀ ਆ ਉਹ ਫਿਲਮ 'ਤੇ ਕੀ ਹੋਣੀ ਆ, ਅਤੇ ਜਿਹੜਾ ਇਹ ਹੁਣ ਸਾਹਮਣੇ ਆ ਰਿਹਾ ਲਗਭਗ ਬਾਈ ਜੀ ਕੀ ਆ, ਆਮ ਜਿਹੜੇ ਬੰਦੇ ਸਿਆਸਤ ਨਾਲ ਜੁੜੇ ਹੋਏ ਆ, ਹਰ ਇੱਕ ਬੰਦੇ ਨੂੰ ਇਹ ਗੱਲਾਂ ਪੂਰੀ ਤਰ੍ਹਾਂ ਪਹਿਲਾਂ ਹੀ ਕਲੀਅਰ ਸੀ ਕਿ ਕੌਣ ਬੰਦਾ ਇਨਵੋਲਵ ਆ, ਕੌਣ ਕਰਾ ਰਿਹਾ। ਸਿੱਟਾਂ ਦੀਆਂ ਰਿਪੋਰਟਾਂ ਜਿਵੇਂ ਜੋਰਾ ਸਿੰਘ ਕਮਿਸ਼ਨ ਲਾ ਲਓ, ਉਦੋਂ ਪਹਿਲਾਂ ਮਗਰ ਜਸਟਿਸ ਰਣਜੀਤ ਸਿੰਘ ਜੀ ਵਾਲਾ ਮਾ ਕੇ ਆ ਗਿਆ, ਜਿੰਨੇ ਵੀ ਬਣਦੇ ਰਹੇ ਆ ਜਿਹੜੇ ਕਮਿਸ਼ਨ ਇਹਦੇ 'ਤੇ ਬਣੇ ਹੋਏ ਆ, ਉਹਨਾਂ ਸਾਰੇ ਕਮਿਸ਼ਨ ਦੇ ਰਿਪੋਰਟਸ ਜਿਹੜੀਆਂ ਹੈਗੀਆਂ ਨੇ ਲਗਭਗ ਵਿੰਗੇ ਟੇਢੇ ਢੰਗ ਨਾਲ ਲੋਕਾਂ ਦੇ ਵਿੱਚ ਉਜਾਗਰ ਹੁੰਦੀਆਂ ਰਹੀਆਂ ਨੇ।
ਤੇ ਜਿਹੜੀ ਹੁਣ ਗੱਲ ਕਹੀ ਹੈ ਨਾ ਜਿਵੇਂ ਬਲਟੋਹੇ ਦੀ ਤੁਸੀਂ ਗੱਲ ਕਰਦੇ ਹੋ ਵਿਰਸਾ ਸਿੰਘ ਬਲਟੋਹੇ ਦੀ, ਹੁਣ ਜਿਵੇਂ ਕਹਿੰਦੇ ਆਪ ਕਚੱਜੀ ਵਿਹੜੇ ਨੂੰ ਦੋਸ਼ ਵਾਲੀ ਗੱਲ ਹੋਈ ਖੜੀ ਆ। ਹੁਣ ਮਸਲਾ ਤਾਂ ਇਹ ਆ, ਇੱਕ ਤਾਂ ਕਾਣੀ ਸੀ ਕਹਿੰਦੇ ਉੱਤੋਂ ਕਣ ਪੈ ਗਿਆ, ਮੈਂ ਕਹਿੰਦਾ ਤਾਂ ਅੰਨੇ ਹੋ ਗਏ, ਠੀਕ ਹੈ ਨਾ, ਸਿਆਸਤ ਦੇ ਨਸ਼ੇ ਨੇ ਪਹਿਲਾਂ ਇਹ ਅੰਨੇ ਕਰਤੇ ਸੀ, ਅਤੇ ਹੁਣ ਕੀ ਆ, ਮੈਂ ਕਹਿੰਦਾ ਵੀ ਜਿਵੇਂ ਅਸੀਂ ਦੇਖੀਏ ਵੀ ਇਹਨਾਂ ਨੂੰ ਲੱਗਦਾ ਹੋਵੇ ਵੀ ਜੇ ਸਾਡੇ ਵਾਸਤੇ ਕੋਈ ਧਰਾਤਲ ਬਚਿਆ, ਮੇਰੇ ਖਿਆਲ ਦੇ ਵਿੱਚ ਇਸ ਇੰਟਰਵਿਊ ਤੋਂ ਬਾਅਦ ਇਹਨਾਂ ਵਾਸਤੇ ਭਾਅ ਜੀ ਸਿਆਸਤ 'ਚ ਕੋਈ ਥਾਂ ਨਹੀਂ ਬਚੀ ਬਾਦਲ ਕੇ ਟੱਬਰ ਵਾਸਤੇ। ਅਤੇ ਬਾਦਲ ਕੇ ਟੱਬਰ ਵਾਸਤੇ ਮੈਂ ਇਕੱਲੇ ਵਾਸਤੇ ਨਹੀਂ ਕਹਿੰਦਾ ਵੀ ਜਿੰਨੇ ਕੀ ਆ ਚਫੇਰ ਗੜ ਕੇ ਹੋਰ ਤੁਰੇ ਫਿਰਦੇ ਆ, ਜਿਨ੍ਹਾਂ ਨੇ ਭਾਵੇਂ ਅੱਡ ਕੀ ਇੱਕ ਨਵਾਂ ਅਕਾਲੀ ਦਲ ਲੈ ਕੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਸਾਰੇ ਬੰਦੇ ਜਿਹੜੀਆਂ ਕੱਲ੍ਹ ਘਟਨਾਵਾਂ ਦੇ ਉੱਤੋਂ ਪਰਦਾ ਚੱਕਣ ਦੀ ਮੈਂ ਗੱਲ ਕੀਤੀ ਜਾਂਦੀ ਆ, ਉਹਨਾਂ ਸਾਰਿਆਂ ਦੇ ਵਿੱਚ ਭਾਅ ਜੀ ਸਾਰੇ ਬੰਦੇ ਇਨਵੋਲਵ ਨੇ। ਅਜੇ ਤੱਕ ਮੈਂ ਤੁਸੀਂ ਇੱਕ ਗੱਲ ਕਰਦੇ ਹੋ, ਮੈਂ ਕਹਿੰਦਾ ਵੀ ਇੰਨਾ ਚਿਰ ਹੋ ਗਿਆ ਚਰਨਜੀਤ ਬਰਾੜ ਅਰਗੇ ਆ, ਹੋਰ ਜਿੰਨੇ ਬੰਦੇ ਆ ਮਲੂਕੇ ਅਰਗੇ ਆ, ਠੀਕ ਹੈ, ਇਹ ਸਾਰੇ ਬੰਦੇ ਮਾਫੀਨਾਮੇ ਵੇਲੇ ਕੀ ਬੋਲਦੇ ਸੀ ਸ਼ਾਇਦ ਯਾਦ ਹੋਵੇ ਲੋਕਾਂ ਦੇ, ਕਹਿੰਦੇ ਸੀ ਕਿ ਭਾਈਚਾਰਾ ਕਾਇਮ ਰਹਿ ਗਿਆ, ਚੰਗੀ ਗੱਲ ਆ ਜਿਹੜਾ ਮਾਫੀਨਾਮਾ ਦਿੱਤਾ ਗਿਆ, ਉਹ ਤਾਂ ਅਗਲਿਆਂ ਨੇ ਹੁਣ ਕੀ ਆ ਝੱਗਾ ਚੱਕਿਆ ਉਹਦੇ ਤੋਂ। ਸਭ ਤੋਂ ਵੱਡੀ ਗੱਲ ਕੀ ਆ, ਮੈਂ ਪਿਛਲੇ ਪਾਸੋਂ ਹੀ ਗੱਲ ਕਰੂੰਗਾ, ਇੱਕ ਗੱਲ ਉਹ 'ਚ ਕੀ ਆ ਵੀ ਖਿਮਾ ਦਾ ਜਾਚਕ ਜਿਹੜਾ ਸ਼ਬਦ ਹੈ, ਅੱਜ ਖਿਮਾ ਚਾਹੀਦੀ ਕਿਹਨੂੰ ਆ, ਮੰਗ ਕੌਣ ਰਿਹਾ, ਅੱਜ ਮੰਗ ਰਿਹਾ ਸਾਰਾ ਉਹੀ ਅਕਾਲੀ ਦਲ ਜਿਹੜੇ ਕੀ ਆ ਖਿਮਾ ਦਾ ਜਾਚਕ ਸ਼ਬਦ ਵਿੱਚ ਪਾ ਕੇ ਬਨੌਟੀ ਮਾਫੀ ਕੀ ਆ ਪੰਥ ਨਾਲ ਗਦਾਰੀ ਕਰ ਰਹੇ ਸੀ, ਉਦੋਂ ਆਪਦੇ ਆਪ ਨੂੰ ਕੀ ਆ ਖਿਮਾ ਦਾ ਜਾਚਕ ਨਹੀਂ, ਮੈਂ ਕਹਿੰਦਾ ਵੀ ਖਿਮਾ ਦੇਣ ਵਾਲੇ ਬਣੇ ਬੈਠੇ ਸੀ, ਉਹ ਸ਼ਰੇਆਮ ਕਹਿ ਰਿਹਾ ਕਿ ਸਰਸੇ ਵਾਲੇ ਨੇ ਕੋਈ ਮਾਫੀ ਨਹੀਂ ਮੰਗੀ ਸੀ ਯਾਰ, ਉਹਨੇ ਆਪਦਾ ਸਪਸ਼ਟੀਕਰਨ ਦਿੱਤਾ, ਅਤੇ ਉਹ ਕਹਿੰਦੇ ਵੀ ਅਖੀਰ ਦੇ ਵਿੱਚ ਥਾਂ ਬਚਦੀ ਸੀ ਜਿਹੜੀ ਦੋ ਲੈਣਾ ਦੀ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਕੀ ਆ ਕਹਿੰਦੇ ਵਿੱਚ ਦੋ ਲੈਣਾ ਪਵਾਈਆਂ ਵੀ ਖਿਮਾ ਦਾ ਜਾਚਕਾ ਮੈਂ ਕਿ ਮਾਫੀਨਾਮਾ ਜਿਹੜਾ ਲਿਖਾਇਆ ਗਿਆ ਸੀ ਉਹਦੇ ਵਿੱਚ, ਉਹ ਕਹਿੰਦਾ ਵੀ ਕੋਈ ਸਰਸੇ ਵਾਲੇ ਨੇ ਮਾਫੀ ਨਹੀਂ ਮੰਗੀ ਸੀ, ਅਤੇ ਇਹਨਾਂ ਨੇ ਕੀ ਆ ਆਪ ਚਾਅ ਨਾਲ ਉਹਨੂੰ ਮਾਫ਼ ਕੀਤਾ ਸੀ। ਮਾਫ਼ ਕਿਉਂ ਕੀਤਾ ਸੀ ਬਾਈ ਜੀ, ਇੱਕੋ ਇੱਕ ਉਹਦੀ ਕਹਾਣੀ ਆ ਸਾਰੀ, ਰਾਮ ਰੌਲਾ ਵੋਟਾਂ ਦਾ, ਹੁਣ ਵੋਟਾਂ ਦਾ ਰੌਲਾ ਜਿਹੜਾ ਕੀ ਉਹਦੇ 'ਚ ਸਾਰੀ ਕਹਾਣੀ ਵਿਰਤਾਂਤ ਕੀਤੀ ਗਈ ਆ 2007 ਤੋਂ ਸ਼ੁਰੂ ਕਰਕੇ, ਪਰ ਮੈਂ ਕਹਿੰਦਾ ਵੀ ਸੁਖਬੀਰ ਬਾਦਲ ਨੂੰ ਇੰਨੀ ਅਕਲ ਨਹੀਂ ਆਈ ਵੀ 2007 ਦੇ ਵਿੱਚ ਇਹੀ ਸਿਰਸੇ ਵਾਲਾ ਜਿਹੜਾ ਮਾ ਕੇ ਸਾਧ ਆ ਇਹ ਸਾਰੀ ਜਿਹੜੀ ਕੀ ਆ ਪਬਲਿਕ ਨੂੰ ਕਹਿ ਕੇ ਕਾਂਗਰਸ ਨੂੰ ਸਪੋਰਟ ਕਰਾਉਂਦੇ ਆ, ਅਤੇ ਸਰਕਾਰ ਕਿਹਦੀ ਬਣਦੀ ਆ, ਮੈਂ ਕਿ ਬਾਦਲਾਂ ਦੀ ਸਰਕਾਰ ਬਣਦੀ ਆ। ਉਦੋਂ ਬਾਅਦ ਕੀ ਆ, ਮੈਂ ਕਹਿੰਦਾ ਵੀ ਇਹਨਾਂ ਨੇ ਮਦ ਲੈ ਕੇ ਦੇਖ ਲਈ, ਅਤੇ ਮਦ ਲੈ ਕੇ ਇੱਕ ਵਾਰੀ ਵੀ ਕੀ ਆ, ਮੈਂ ਕਹਿੰਦਾ ਮਾਲਵੇ 'ਚ ਇਹਨਾਂ ਨੂੰ ਸੀਟਾਂ ਨਹੀਂ ਮਿਲੀਆਂ, ਕਿਉਂਕਿ ਲੋਕ ਬਾਈ ਜੀ ਭਲੀ ਭਾਂਤ ਜਾਣਦੇ ਆ ਸਾਡੇ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ, ਲੋਕਾਂ 'ਚ ਸਿੱਖੀ ਸਪੇਟਾ, ਦੋ MP ਜਿੱਤੇ ਕਿ ਨਾ ਜਿੱਤੇ, ਜਿੱਥੋਂ ਲੋਕਾਂ ਨੂੰ ਥੋੜ੍ਹੀ ਜਿਹੀ ਭਾਅ ਮਾਰਦੀ ਸੀ ਸਿੱਖੀ ਦੀ। ਤਾਂ ਮੈਂ ਇੱਕੋ ਗੱਲ ਕਹਿਣਾ ਕਿ ਬਾਦਲਾਂ ਨੇ ਕੀ ਆ ਸਿਰਫ ਬਿਜ਼ਨਸ ਦੇ ਤੌਰ 'ਤੇ, ਕਿਉਂਕਿ ਸੁਖਬੀਰ ਬਾਦਲ ਨੇ ਆਪਦੇ ਪਿਓ ਦੀ ਪੈੜ 'ਚ ਪੈੜ ਧਰੀ ਆ, ਇਹੀ ਸੁਖਬੀਰ ਸਿੰਘ ਬਾਦਲ ਨਿਰੰਕਾਰੀ ਨੂੰ 1978 ਦੇ ਵਿੱਚ ਇਹ ਸਾਰਾ ਕੁਝ ਸੇਮ ਵਾਪਰਿਆ ਬਾਈ ਜਸ਼। ਪਹਿਲਾਂ ਕੀ ਆ, ਉਹਨਾਂ ਨੇ ਜਦੋਂ 78 ਦੇ ਵਿੱਚ 13 ਸਿੰਘ ਸ਼ਹੀਦ ਕੀਤੇ ਜਾਂਦੇ ਆ ਤਾਂ ਨਿਰੰਕਾਰੀਏ ਨੂੰ ਕੀ ਆ ਸਰਕਾਰ ਬਾਦਲ ਦੀ ਹੁੰਦੀ ਆ, ਤੋਂ ਕੱਢ ਕੇ ਲੈ ਕੇ ਕੌਣ ਜਾਂਦਾ, ਬਾਦਲ ਸਿਕਿਉਰਿਟੀ ਦੇ ਕੇ ਉਹਨਾਂ ਨੂੰ ਬਾਹਰ ਭੇਜਦਾ ਅਤੇ ਉਹਨਾਂ ਦੀ ਹਿਫਾਜ਼ਤ ਕਰਦਾ, ਕੇਸ ਟ੍ਰਾਂਸਫਰ ਕੀਤੇ ਜਾਂਦੇ ਆ ਹਰਿਆਣੇ ਦੇ ਵਿੱਚ ਅਤੇ ਬੰਦੇ ਬਰੀ ਹੋ ਜਾਂਦੇ ਆ। ਸਾਰਾ ਕੇਸ ਸੇਮ ਕੀ ਆ, ਉਹੀ ਕੀ ਆ ਆਪਣੇ ਬਗਰਾੜੀ ਅਤੇ ਬਹਿਬਲ ਕਲਾਂ ਦੇ ਵਿੱਚ ਕੋਟਕਪੂਰਾ ਗੋਲੀਕਾਂਡ 'ਚ ਵਾਪਰਦਾ, ਕੇਸ ਅੱਜ ਸ਼ਿਫਟ ਕਿੱਥੇ ਕਰ ਦਿੱਤੇ ਗਏ ਆ, ਚੰਡੀਗੜ੍ਹ ਕਰਤੇ ਆ, ਅਤੇ ਮੈਂ ਕਹਿੰਦਾ ਵੀ ਸਾਰੇ ਇਹ ਬਰੀ ਵੀ ਹੋਣਗੇ, ਅਤੇ ਸ਼ਿਫਟ ਕਰਨ ਦਾ ਬਹਾਨਾ ਇਹ ਲਾਇਆ ਜਾਂਦਾ ਕਹਿੰਦੇ ਜੀ ਮੈਂ ਕਿ ਡਰਾ ਕਿਹਨਾਂ ਨੂੰ, ਜਿਨ੍ਹਾਂ ਨਾਲ ਸਿਕਿਉਰਟੀਆਂ ਚੱਲਦੀਆਂ ਪੁਲਿਸ ਮੁਲਾਜ਼ਮ ਜਿਹੜੇ ਕੀ ਆ ਕਟਹਿਰੇ 'ਚ ਖੜ੍ਹਦੇ ਆ ਉਹਨਾਂ ਨੂੰ ਡਰ ਆ, ਪਰ ਜਿਹੜਾ ਵਿਚਾਰਾ ਗਵਾਹੀ ਭੁਗਤ ਰਿਹਾ ਸਧਾਰਨ ਇੱਕ ਕੀ ਆ ਸਿੱਖ ਆ ਉਹਨੂੰ ਕੋਈ ਡਰ ਨਹੀਂ, ਉਹ ਬੰਦੇ ਨੂੰ ਕੀ ਆ ਕੋਈ ਡਰ ਨਹੀਂ, ਮੈਂ ਕਿ ਆਪਦੀ ਮੈਂ ਕਿ ਸਿਕਿਉਰਟੀ ਦਾ ਇਹਨਾਂ ਨੇ ਦੱਸ ਕੇ ਕੇਸ ਸ਼ਿਫਟ ਕਰਾ ਲਏ ਜਿਵੇਂ ਪਹਿਲਾਂ ਸ਼ਿਫਟ ਹੋਏ ਸੀ ਅਤੇ ਹੁਣ ਇੰਜਾਮ ਮੈਂ ਕਿਹਾ ਉਹੀ ਨਿਕਲਣਾ। ਪਰ ਬਾਈ ਜੀ ਮੈਂ ਤੁਹਾਨੂੰ ਦੱਸਦਾ ਵੀ ਸਭ ਤੋਂ ਵੱਡੀ ਅਦਾਲਤ ਇੱਕ ਤਾਂ ਉੱਤੇ ਆ, ਇੱਕ ਲੋਕਾਂ ਦੀ ਕਚਹਿਰੀ ਆ ਜਿੱਥੇ ਆਏ 5 ਸਾਲ ਬਾਅਦ ਇਹਨਾਂ ਨੇ ਜਾਣਾ ਸੀ, ਅਤੇ ਉੱਥੇ ਹੁਣ ਜਾਣ ਜੋਗੇ ਕੀ, ਹੁਣ ਮੈਂ ਕਹਿੰਦਾ ਖੜਨ ਜੋਗੇ ਵੀ ਨਹੀਂ ਰਹੇ। ਜਿਹੜਾ ਕਾਂਡ ਇਹਨਾਂ ਨੇ ਦੱਸਿਆ ਕਿਵੇਂ 2007 ਤੋਂ ਬਾਅਦ 2009 ਦੇ ਵਿੱਚ ਇਹਨਾਂ ਨੇ 7 ਦੇ ਵਿੱਚ ਪੋਸ਼ਾਕ ਵਾਲਾ ਕਾਂਡ ਹੁੰਦਾ ਬਈ, ਠੀਕ ਹੈ, ਸਰਕਾਰ ਬਣਦੀ ਉਦੋਂ 2 ਮਹੀਨਿਆਂ ਬਾਅਦ ਹੀ ਪੋਸ਼ਾਕ ਵਾਲਾ ਕਾਂਡ ਹੋ ਜਾਂਦਾ, ਅਤੇ ਉਸ ਤੋਂ ਬਾਅਦ 2009 ਦੇ ਵਿੱਚ ਇਹਨਾਂ ਨੂੰ ਵੋਟਾਂ ਦੀ ਲੋੜ ਸੀ।
ਸਭ ਤੋਂ ਵੱਡੀ ਗੱਲ ਜਿਹੜੀ ਬਾਈ ਦੱਸੀ ਹੈ ਨਾ ਵੀ ਸੁਖਵੀਰ ਬਾਦਲ ਕਿਵੇਂ ਚੋਰੀਆਂ ਕਹੀ ਆ, ਕਦੇ ਸਵਿਫਟ ਗੱਡੀ 'ਤੇ ਬਹਿ ਕੇ ਜਾਂਦਾ, ਕਦੇ ਓਡੀ ਗੱਡੀ 'ਤੇ ਬਹਿ ਕੇ ਜਾਂਦਾ, ਕਦੇ ਡੇਰਿਆਂ ਦੇ ਪਿਛਲੇ ਦਰਵਾਜ਼ਿਆਂ ਵੀ ਦੀ ਜਾ ਕੇ ਮਿਲਦਾ, ਇਕੱਲੀ ਇਕੱਲੀ ਅਗਲੇ ਨੇ ਡੇਟ ਨਸ਼ਰ ਕੀਤੀ ਆ ਵੀ ਕਦੋਂ ਜਾ ਕੇ ਕਿਵੇਂ ਮਿਲਦਾ ਰਿਹਾ। ਅੰਮ੍ਰਿਤਸਰ ਸਿੰਘ ਬਲਟੋਹਾ ਕਹਿੰਦੇ ਨੇ ਕਿ ਜੇਕਰ ਸਵਿਫਟ ਗੱਡੀ ਦੇ ਵਿੱਚ ਬੈਠ ਕੇ ਸੁਖਬੀਰ ਸਿੰਘ ਬਾਦਲ ਜਾਂਦੇ ਨੇ ਤਾਂ ਫਿਰ ਸਵਿਫਟ ਗੱਡੀ ਵਾਲੀ ਤੁਸੀਂ ਫੁਟੇਜ ਜਿਹੜੀ ਆ ਫੁਟੇਜ ਤਾਂ ਹੋਣੀ ਆ, ਉਹ ਕਹਿੰਦੇ ਨੇ ਕਿ ਫੁਟੇਜ ਜੱਗ ਜ਼ਾਹਰ ਕਰੋ, ਸਾਨੂੰ ਦਿਖਾਓ ਕਦੋਂ ਸੁਖਬੀਰ ਸਿੰਘ ਬਾਦਲ ਸਵਿਫਟ ਗੱਡੀ ਦੇ ਵਿੱਚ ਬੈਠ ਕੇ ਗਏ ਨੇ। ਬਾਈ ਜੀ ਮੈਨੂੰ ਐਂ ਦੱਸੋ, ਜਦੋਂ ਸਾਂਝਾਂ ਹੁੰਦੀਆਂ ਨੇ ਨਾ ਉਦੋਂ ਵੀਡੀਓਗ੍ਰਾਫੀ ਕਰਦੇ ਹੋ ਤਾਂ ਤੁਸੀਂ ਕੀ ਆ ਆਪਦੀ ਆਪ ਹੀ ਬਦਨਾਮ ਨੇ, ਕੋਈ ਵੀਡੀਓਗ੍ਰਾਫੀ ਨਾ ਉਹ ਚੋਰੀ ਛੁੱਪੇ ਸਭ ਕੁਝ ਚੋਰੀ ਛੁੱਪੇ ਹੋਇਆ ਸੀ, ਸਾਂਝਾਂ ਕੀ ਅੰਦਰਲੀਆਂ ਸੀਗੀਆਂ। ਹੁਣ ਬਲਟੋਹਾ ਸਾਹਿਬ ਕੀ ਆ ਕਹਿ ਰਹੇ ਆ, ਇਹ ਪ੍ਰੂਫ ਮੰਗਦੇ ਆ, ਬੜੇ ਕਾਂਡ ਹੋਣਗੇ ਬਲਟੋਹਾ ਸਾਹਿਬ ਦੇ ਆਪਦੇ ਵੀ ਕੀਤੇ ਵੇ ਅਤੇ ਹੋਰ ਲੋਕਾਂ ਦੇ ਬੜੇ ਕਾਂਡ ਆ, ਉਹਨਾਂ ਦੇ ਪ੍ਰੂਫ ਨਹੀਂ ਹੁੰਦੇ ਜਿਹੜੀਆਂ ਕੀ ਆ ਜਾਣ ਬੁੱਝ ਕੇ ਸੋਚ ਸਮਝ ਕੇ ਬਾਈ ਜੀ ਜਿਹੜਾ ਕੰਮ ਕੀਤਾ ਜਾਂਦਾ ਨਾ ਉਹਦੀ ਅਗਲਾ ਵੀਡੀਓਗ੍ਰਾਫੀ ਹੋਣ ਨਹੀਂ ਦਿੰਦਾ। ਸਭ ਤੋਂ ਵੱਡੀ ਜਿਹੜੀ ਅੱਜ ਇਹ ਕਹਿੰਦੇ ਵੀਡੀਓਗ੍ਰਾਫੀ ਲਿਆਓ ਜੀ ਫਲਾਣਾ, ਅਗਲੇ ਨੇ ਡੇਟ ਦੱਸੀ ਆ 2017 ਦੀ, ਅਗਲੇ ਨੇ ਤਰੀਕ ਦੱਸਿਆ ਵੀ 4 ਫਰਵਰੀ ਨੂੰ ਵੋਟਾਂ ਪੈਂਦੀਆਂ ਅਤੇ 2 ਫਰਵਰੀ ਨੂੰ ਜਾ ਕੇ ਕੀ ਆ ਗ੍ਰੇਟ ਕੈਲਾਸ਼ ਦੇ ਵਿੱਚ ਜਾ ਕੇ ਉੱਥੇ ਜਾ ਕੇ ਸਰਸੇ ਵਾਲੇ ਕੀ ਆ ਬਾਬੇ ਨੂੰ ਜਾ ਕੇ ਮਿਲਦਾ ਕੌਣ ਆ ਸੁਖਵੀਰ ਸਿੰਘ ਬਾਦਲ, ਓਡੀ ਗੱਡੀ ਜਾਂਦਾ, ਉਹਨੇ ਬੰਦੇ ਦਾ ਨਾਂ ਵੀ ਜ਼ਿਕਰ ਕੀਤਾ ਵੀ ਨਾਲ ਕੌਣ ਗਿਆ ਸੀ, ਆਹ ਲੱਖੀ ਗਿਆ ਸੀ ਹੰਡਿਆਏ ਵਾਲਾ। ਹੁਣ ਸਾਰੇ ਲੋਕ ਜਾਣਦੇ ਆ ਬਾਈ ਜੀ ਇੱਕ ਸਧਾਰਨ ਬੰਦਾ ਜਿਹੜਾ ਕੀ ਆ ਸਮਝ ਲਓ ਮਜ਼ਦੂਰ ਬੀਮਾ ਕੇ ਕੈਟਾਗਰੀ 'ਚੋਂ ਬੰਦਾ ਸਮਝ ਲਓ, ਉਹ ਬੰਦਾ ਕੀ ਇਹਨਾਂ ਨੇ ਨਾਲ ਰੱਖਿਆ ਆਪਦੀਆਂ ਬੱਸਾਂ ਦਾ ਹਿਸਾਬ ਕਿਤਾਬ ਕਰਨ ਵਾਸਤੇ। ਅੱਜ ਹੰਡਿਆਏ 'ਚ ਜਾ ਕੇ ਦੇਖ ਲਓ ਅਰਬਾਂ ਖਰਬਾਂ ਦੀ ਜਾਇਦਾਦ ਦੇ ਵੱਡੇ ਸ਼ੁਰੂ ਬਣੇ ਹੋਏ ਆ, ਉਹ ਕਿਵੇਂ ਬਣ ਗਏ ਯਾਰ, ਅਤੇ ਬਾਦਲ ਕੇ ਚੂਣੀ ਕੱਢ ਰਹੇ ਉਹਦੇ ਮੂਹਰੇ, ਹਾਲਾਂਕਿ ਆਪਸ ਮੇਂ ਹੁਣ ਫਰਿਕਸ਼ਨ ਪਈ ਵੀ ਆ, ਉਹਨਾਂ ਨੇ ਘਪਲਾ ਵੀ ਕੀਤਾ, ਕਹਿੰਦੇ ਦੱਸਿਆ ਜਾਂਦਾ ਜਿਵੇਂ ਲੋਕ ਗੱਲ ਕਰਦੇ ਆ, ਪਰ ਕੀ ਆ ਬਾਦਲ ਕੇ ਉਹਨੂੰ ਬੋਲੇ ਕੁਛ ਨਹੀਂ, ਬੋਲੇ ਕਿਉਂ ਨਹੀਂ, ਕਿਉਂਕਿ ਬਾਈ ਜੀ ਆਹੀ ਗੱਲਾਂ ਸੀਗੀਆਂ ਅੰਦਰਲੀਆਂ ਜਿਹੜੀਆਂ ਹੁਣ ਜੱਗ ਜ਼ਾਹਰ ਹੁੰਦੀਆਂ ਨੇ, ਇਹਨਾਂ ਦੇ ਵੀਕ ਪੁਆਇੰਟ ਆ ਉਹਨਾਂ ਕੋਲੇ, ਸਾਰੇ ਰਲ ਮਿਲ ਕੇ ਜਿਹੜਾ ਕੰਮ ਕਰਦੇ ਰਹੇ ਆ। ਹੁਣ ਲੱਖੀ ਨੂੰ ਬੋਲਣਗੇ ਕੀ, ਉਸੇ ਲੱਖੀ ਨੂੰ ਲਿਜਾ ਕੇ ਸਰਸਾ ਸਾਹ ਦੇ ਨਾਲ ਬੰਦ ਕਮਰਾ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਕੋਈ ਇੱਕ ਵਾਰੀ ਨਹੀਂ ਬਾਈ ਜੀ ਉਹਨੇ ਗੱਲ ਕੀਤੀ, ਉਹ ਕਹਿੰਦਾ ਵੀ ਉਦੋਂ ਵੀ ਮਿਲਿਆ, ਉਦੋਂ ਪਹਿਲਾਂ ਜੈਪੁਰ ਦੇ ਵਿੱਚ ਜਾ ਕੇ 2017 ਦੇ ਵਿੱਚ ਮਿਲਦੇ ਆ ਇਲੈਕਸ਼ਨ ਦੇ ਵਿੱਚ, ਉਹ ਤਾਂ ਹੁਣ ਸ਼ਰੇਆਮ ਕਹਿੰਦਾ ਵੀ ਹਰੇਕ ਇਲੈਕਸ਼ਨ 'ਚ 2007 ਤੋਂ ਬਾਅਦ 9 'ਚ ਕਹਿੰਦੇ ਅਸੀਂ ਸਪੋਰਟ ਕੀਤੀ ਆ, 12 ਵਾਲੀ ਇਲੈਕਸ਼ਨ ਸਪੋਰਟ ਕੀਤੀ ਆ, ਫਿਰ 17 ਵਾਲੀ ਦੇ ਵਿੱਚ ਕੀਤੀ ਆ, ਉਹਨਾਂ ਸਾਰੀਆਂ ਇਲੈਕਸ਼ਨ 22 'ਚ ਵੀ ਉਹ ਤਾਂ ਕਹਿੰਦੇ ਵੀ ਸਪੋਰਟ ਕੀਤੀ ਆ। ਹੁਣ ਮਸਲਾ ਤਾਂ ਇਹ ਆ ਵੀ ਸਪੋਰਟ ਕਰਾ ਕੇ ਜਿੱਤ ਤਾਂ ਸਕੇ ਨਾ, ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਇਹ ਗੱਲਾਂ ਕਰ ਰਹੇ ਆ, ਜਿਹੜਾ ਮੈਂ ਕਿ ਹੁਣ ਕੀ ਆ ਸਾਰਾ ਕੁਝ ਸਾਹਮਣੇ ਆਇਆ, ਮੈਂ ਤਾਂ ਇੱਕ ਦੱਸਦਾ ਵੀ ਜਿਹੜੀ ਇਹਨਾਂ ਨੇ ਕਿਹਾ ਵੀ ਖਿਮਾ ਦਾ ਜਾਚਕ ਹੁਣ ਸੁਖਵੀਰ ਬਾਦਲ ਰਿਹਾ ਨਹੀਂ, ਉਹੀ ਖਿਮਾ ਦਾ ਜਾਚਕ ਜਿਹੜਾ ਆਪਦੇ ਕੋਲੋਂ ਸ਼ਬਦ ਪਾ ਕੇ ਸਰਸੇ ਵਾਲੇ ਨੂੰ ਮਾਫੀਨਾਮਾ ਦਿੰਦਾ ਸੀ, ਉਹ ਸਾਰੀਆਂ ਅੱਜ ਗੱਲਾਂ ਜਿਹੜੀਆਂ ਕੀ ਆ ਪਰਦਾ ਉੱਠ ਗਿਆ, ਅਤੇ ਖਿਮਾ ਦਾ ਜਾਚਕ ਜੀ ਆ ਮੈਂ ਕਹਿੰਦਾ ਹੁਣ ਬਣ ਕੇ ਵੀ ਇਹ ਜਾ ਕੇ ਨਿਮਾਣਾ ਹੋ ਕੇ ਵੀ ਵਗ ਜੇ। ਮੈਂ ਤਾਂ ਅਕਸਰ ਪਹਿਲਾਂ ਵੀ ਕਹਿੰਦਾ ਰਿਹਾ ਕਿ ਪਰਮ ਗੁਨਾਹਗਾਰ ਨੇ ਮਾਫ ਨਹੀਂ ਹੁੰਦੇ, ਠੀਕ ਹੈ, ਪਰ ਲੋਕਾਂ ਦੇ ਵਿੱਚ ਕੀ ਆ ਕਈ ਅਜੇ ਵੀ ਮੈਂ ਕੇ ਪੂਛਾਂ ਫੜੀ ਫਿਰਦੇ ਆ, ਹੁਣ ਬਲਟੋਹੇ ਵਰਗੇ ਜਿੰਨੀ ਮਰਜ਼ੀ ਲਿਬੜੀ ਪੂੰਝੀ ਜਾਣ ਬਾਈ ਜੀ ਹੁਣ ਸਾਫ਼ ਨਹੀਂ ਹੁੰਦੀ, ਕਿਉਂਕਿ ਇਹਨਾਂ ਦੇ ਨਾ ਸੜਸਤੀ ਚੱਲੀ ਜਾਂਦੀ ਆ ਜਦੋਂ ਮਾੜਾ ਜਿਹਾ ਕੀ ਆ ਕੰਮ ਕਰਦੇ ਆ। ਪਿੱਛੇ ਜੇ ਜੋ ਯਾਤਰਾ ਸ਼ੁਰੂ ਕੀਤੀ ਉਦੋਂ ਕੌਂਕੇ ਸਾਹਿਬ ਵਾਲਾ ਕਾਂਡ ਉੱਠ ਖੜਾ, ਹੋਰ ਜਦੋਂ ਵੀ ਕੀ ਆ ਇਹ ਕਰਨ ਦੀ ਗੱਲ ਕਰਦੇ ਆ ਨਾ, ਮੈਂ ਕਹਿੰਦਾ ਇੰਨੇ ਕੁ ਗੁਨਾਹ ਕੀਤੇ ਆ ਬਾਈ ਜਸ਼ ਇਹਨਾਂ ਨੇ, ਇਕੱਲਾ ਇੱਕ ਵਿਸ਼ੇ 'ਤੇ ਨਹੀਂ, ਮੈਂ ਕਹਿੰਦਾ ਹਜੇ ਤਾਂ ਉਹਨਾਂ ਨੇ ਜਿਵੇਂ ਟ੍ਰੇਲਰ ਦੀ ਗੱਲ ਕੀਤੀ ਆ ਨਾ, ਬਾਦਲਾਂ ਦੇ ਤੱਕ ਕਰਮ ਬਾਈ ਹਜੇ ਮੂਹਰੇ ਆਉਣਗੇ, ਇਹਨਾਂ ਨੇ ਕੀ ਆ ਮੈਂ ਕਹਿੰਦਾ ਵੀ ਕਤਲੇਆਮ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਹੋਇਆ ਉਹਦੇ ਵਿੱਚ ਇਹ ਭਾਗੀਦਾਰ ਕਿਵੇਂ ਰਹੇ ਉਹ ਵੀ ਲੋਕਾਂ ਦੇ ਮੂਹਰੇ ਆ ਜਾਣਗੇ। ਹੋਰ ਦੱਸ ਦਿਓ, ਕਹਿੰਦੇ ਨੇ ਕਿ ਵੱਡੇ ਸਵਾਲ ਖੜੇ ਕਰਦੇ ਨੇ, ਕਹਿੰਦੇ ਨੇ ਕਿ ਹੁਣ ਕੀ ਸਿੱਖ ਕੌਮ ਜਾਂ ਸਿੱਖ ਪੰਥ ਉਹਦੇ 'ਤੇ ਵਿਸ਼ਵਾਸ ਕਰੂਗਾ ਜਿਹੜਾ ਬੇਅਦਬੀਆਂ ਦੇ ਵਿੱਚ ਦੋਸ਼ੀ ਆ, ਪਤਾ ਨਹੀਂ ਕਿੰਨੀਆਂ ਬੇਅਦਬੀਆਂ ਸੀ ਉਹਨਾਂ ਦੇ ਵਿੱਚ ਦੋਸ਼ੀ ਆ, ਅਤੇ ਕਹਿੰਦੇ ਇੰਨੇ ਸਾਲਾਂ ਬਾਅਦ ਨਿਕਲ ਕੇ ਸਾਹਮਣੇ ਆਉਣਾ ਇੰਨੀਆਂ ਬੇਅਦਬੀਆਂ ਦੇ ਦੋਸ਼ੀ ਦਾ, ਕੀ ਹੁਣ ਸਿੱਖ ਪੰਥ ਇੱਕ ਦੋਸ਼ੀ ਅਤੇ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਦੇ ਉੱਪਰ ਸਿੱਖ ਪੰਥ ਹੁਣ ਵਿਸ਼ਵਾਸ ਕਰੂਗਾ? ਮੈਂ ਕਹਿੰਦਾ ਵਿਸ਼ਵਾਸ ਛੱਡੋ ਬਾਈ, ਜਿਹੜਾ ਬੰਦੇ ਨੇ ਇੱਕ ਉਹਨੇ ਗੱਲ ਕਹੀ ਹੈ ਨਾ, ਮੈਂ ਕਹਿੰਦਾ ਉਹ ਸਾਰਿਆਂ ਦੇ ਸੁਣਨ ਵਾਲੀ, ਉਹਨੇ ਇੱਕ ਗੱਲ ਕਹੀ ਹੈ ਕਹਿੰਦਾ ਮੈਂ ਤਾਂ ਪਿਛਲੇ 20 ਸਾਲਾਂ ਤੋਂ ਕਹਿੰਦਾ ਉੱਥੇ ਰਹਿ ਰਿਹਾ ਡੇਰੇ 'ਚ, ਮੇਰਾ ਫੋਨ ਵੀ ਪਿਛਲੇ 20 ਸਾਲਾਂ ਤੋਂ ਕਹਿੰਦਾ ਚੱਲੀ ਜਾਂਦਾ, ਫੋਨ ਵੀ ਨਹੀਂ ਬੰਦ ਕੀਤਾ। ਇਹ ਸਾਰੀਆਂ ਗੱਲਾਂ ਬਾਈ ਚਪੇੜ ਕਿਹਦੇ ਮਾਰਦੀਆਂ ਨੇ? ਸਾਡੀਆਂ ਸਾਰੀਆਂ ਸਿੱਟਾਂ ਦੇ ਮਾਰਦੀਆਂ, ਸਾਡੇ ਸਾਰੇ ਅਫਸਰਾਂ ਮੈਂ ਕਿ ਅਫਸਰਸ਼ਾਹੀ ਆ, ਠੀਕ ਆ, ਉਹਨਾਂ ਦੇ ਮੂੰਹ 'ਤੇ ਚਪੇੜ ਵੱਜਦੀ ਆ ਯਾਰ। ਇੱਕ ਸੋਚਣ ਵਾਲੀ ਗੱਲ ਆ, ਜਿਹੜੇ ਬੰਦੇ ਦਾ ਤੁਸੀਂ ਇੰਨਾ ਬੰਦੇ ਦਾ ਨਾਂ ਛਾੜ ਰਹੇ ਹੋ, ਬੰਦਾ ਆਰਾਮਦਾਰੀ ਨਾਲ ਬੈਠਾ, ਉਹਦਾ ਪਰਿਵਾਰ ਬੈਠਾ ਉੱਥੇ, ਉਹ ਕਹਿੰਦਾ ਮੈਨੂੰ ਲੈ ਕੇ ਵੀ ਪ੍ਰਾਹੁਣੇ ਵਾਂਗੂ ਰੱਖਿਆ, ਉਹ ਕਹਿੰਦੇ ਮੈਨੂੰ ਤਾਂ ਇੱਜ਼ਤਮਾਨ ਨਾਲ ਗੱਲ ਕੀਤੀ ਆ, ਮੈਨੂੰ ਸਾਰਾ ਕੁਝ ਪੁੱਛਿਆ, ਮੈਂ ਤਾਂ ਕਹਿੰਦਾ ਬਕਾਇਦਾ ਸਾਰੀ ਗੱਲ ਸਟੇਟਮੈਂਟ ਸਾਫ਼ ਕੀਤੀ ਆ। ਮਸਲਾ ਬਈ ਮੈਂ ਤੁਹਾਨੂੰ ਇੱਕ ਦੱਸਦਾ, ਇਹ ਗੱਲ ਨਾਲ ਮੈਂ ਵੀ ਸਹਿਮਤ ਹਾਂ ਜਿਹੜਾ ਬਲਟੋਹਾ ਸਾਹਿਬ ਗੱਲ ਕਹਿ ਰਹੇ ਆ ਨਾ,
ਕਿ ਬੰਦਾ ਦਾ ਕੋਈ ਹੋਰ ਖੇਡ ਰਿਹਾ, ਦਾ ਪਿੱਛੇ ਬਾਈ ਹੋਰ ਆ, ਹੋਰ ਕੋਈ ਬੰਦਾ ਸਿੱਖ ਸਫਾਂ ਦੇ ਵਿੱਚ ਸਪੇਸ ਜਿਹੜੀ ਹੈਗੀ ਆ ਕਿਸੇ ਬੰਦੇ ਨੂੰ ਪਲਾਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਤੇ ਨਾ ਕਿਤੇ ਏਜੰਸੀਆਂ, ਉਹ ਬੰਦਾ ਪਲਾਂਟ ਕਰਕੇ ਇਹ ਨਹੀਂ ਪਤਾ ਪੰਜਾਬ ਦੀ ਦਿਸ਼ਾ ਕਿੱਧਰ ਨੂੰ ਤੋਰਨੀ ਹੈ ਇਹਨਾਂ ਨੇ। ਇਹ ਗੱਲ ਹਕੀਕਤ ਆ। ਮੈਂ ਕਹਿੰਦਾ ਵੀ ਜਿਹੜੀਆਂ ਇੰਟਰਵਿਊਆਂ ਹੁਣ ਹੋ ਰਹੀਆਂ ਨੇ, ਭਾਵੇਂ ਜੇਲ੍ਹ 'ਚੋਂ ਹੁੰਦੀਆਂ ਨੇ ਭਾਵੇਂ ਜੇਲ੍ਹ 'ਚੋਂ ਬਾਹਰ ਆਇਆਂ ਦੀਆਂ ਹੁੰਦੀਆਂ ਨੇ, ਇਹ ਸਾਰੀਆਂ ਬਾਈ ਜੀ ਪਲੈਨਿੰਗ ਥਰੂ ਹੋ ਰਹੀਆਂ ਨੇ। ਇਹਦੇ ਵਿੱਚ ਕੀ ਆ, ਅਸਲ ਦੇ ਵਿੱਚ ਮੈਂ ਕਹਿੰਦਾ ਵੀ ਕਈ ਬੰਦੇ ਕਹਿੰਦਾ ਵੀ ਬਾਦਲ ਕਿਆਂ ਨੂੰ ਜਾਣ ਬੁੱਝ ਕੇ ਕਰਦਾ, ਜਾਣ ਬੁੱਝ ਕੇ ਨਹੀਂ। ਮੈਂ ਕਹਿੰਦਾ ਵੀ ਇਹਨਾਂ ਦੀਆਂ ਕਰਤੂਤਾਂ ਐਸੀਆਂ ਸੀਗੀਆਂ ਜਿਹਨਾਂ ਨੂੰ ਲੁਕੋਇਆ ਨਹੀਂ ਜਾ ਸਕਦਾ। ਅਗਲਿਆਂ ਕੋਲ ਕੀ ਆ, ਮੈਂ ਕਹਿੰਦਾ ਵੀ ਯਾਰੀ ਟੁੱਟੀ ਤੋਂ ਬਦਲ ਗਈਆਂ ਅੱਖੀਆਂ ਜਿਵੇਂ ਕਹਿੰਦੇ ਆ, ਮੈਂ ਕਿ ਇਹਨਾਂ ਦੀਆਂ ਅੱਖੀਆਂ ਜਦੋਂ ਬਦਲ ਗਈਆਂ ਹੁਣ ਯਾਰੀ ਟੁੱਟ ਗਈ, ਕਿਉਂਕਿ ਉਹ ਗਾਉਂਦੇ ਸੀ, ਉਹਨਾਂ ਨੂੰ ਪੰਜਾਬ ਦੇ ਵਿੱਚੋਂ ਸੀਟਾਂ ਦੀਆਂ ਸੀ ਤਾਂ ਬਾਦਲ ਕਿਆਂ ਨਾਲ ਸੀ। ਅੱਜ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਜੇ ਦੂਜੇ ਪਾਸੋਂ ਮਿਲ ਗਈਆਂ ਸੀਟਾਂ ਤਾਂ ਬਾਈ ਜੀ ਉੱਧਰ ਨੂੰ ਜਾਣਗੇ, ਉਹ ਸਕੇ ਕਿਸੇ ਦੀ ਨਹੀਂ, ਕਿਉਂਕਿ ਸਿਆਸਤ ਕਿਸੇ ਦੀ ਸਕੀ ਨਹੀਂ ਹੋਈ। ਹੁਣ ਤੁਹਾਨੂੰ ਲੱਗਦਾ ਕਿ ਜਿਵੇਂ ਵਰਸਾ ਸਿੰਘ ਬਲਟੋਹਾ ਨੇ ਵੀ ਗੱਲ ਕਰੀ ਹੈ, ਇਹਨਾਂ ਦੇ ਐਡਵੋਕੇਟ ਸਾਹਿਬ ਨੇ, ਉਹਨਾਂ ਨੇ ਵੀ, ਅਰਸ਼ਦੀਪ ਨੇ, ਉਹਨਾਂ ਨੇ ਵੀ ਗੱਲ ਕਰੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਇਹ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕੀਤਾ ਜਾ ਸਕੇ, ਸਿੱਖ ਕੌਮ ਦੀ ਪਾਰਟੀ, ਸਿੱਖਾਂ ਦੀ ਪਾਰਟੀ ਨੂੰ ਖਤਮ ਕੀਤਾ ਜਾ ਸਕੇ, ਤੁਹਾਨੂੰ ਵੀ ਲੱਗਦਾ ਕਿ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ? ਬਿਲਕੁਲ ਬਾਈ ਹੋ ਰਹੀਆਂ ਜਾਸ਼, ਮੈਂ ਕਹਿਣਾ ਵੀ ਸਾਰਾ ਕੁਛ ਕੀ ਅੱਜ ਤੋਂ ਨਹੀਂ ਹੋ ਰਿਹਾ। ਮੈਂ ਕਹਿਣਾ ਵੀ ਬਾਦਲ ਕੇ ਵੀ ਕੀ ਆ ਵਿੱਚ ਸ਼ਾਮਲ, ਗੁਣਾਹਾਂ ਦੇ ਵਿੱਚ ਸ਼ਾਮਲ ਵੀ ਰਹੇ ਆ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਸੀ ਵੀ ਸਾਡੇ ਉਹ ਖਾਨੀ ਕੀ ਆ, ਸਾਡੇ ਸਕੇ ਹੋਣਗੇ ਜਿਹੜੇ ਬੰਦੇ ਅੱਜ ਇਹਨਾਂ ਨੂੰ ਕੀ ਆ ਕਟਹਿਰੇ 'ਚ ਖੜੇ ਕਰ ਰਹੇ ਆ, ਕਿਤੇ ਨਾ ਕਿਤੇ ਉਹ ਜਿਹੜੀ ਸਪੇਸ ਕੀ ਆ ਬਣਾ ਰਹੇ ਆ, ਬਣਾਈ ਜਾ ਰਹੀ ਆ, ਇਹਨਾਂ ਨੂੰ ਜਿਹੜਾ ਧੋਤਾ ਜਾ ਰਿਹਾ। ਅੱਜ ਵੀ ਬੜੇ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਨੇ, ਉਹ ਵੀ ਕੀ ਆ ਪੰਥਕ ਹਲਕਿਆਂ ਦੇ ਵਿੱਚ ਬੜੇ ਵੱਡੇ ਨਾਂ ਨੇ ਉਹਨਾਂ ਦੇ, ਭਾਵੇਂ ਉਹ ਦੂਜਾ ਧੜਾ ਵੀ ਲਾ ਲਓ, ਉਹਨਾਂ ਦੇ ਕੁਛ ਬੰਦੇ ਉਹਨਾਂ ਦੇ ਟੱਚ 'ਚ ਹੈਗੇ ਆ। ਉਹ ਸਾਰੇ ਬੰਦਿਆਂ ਨੂੰ ਕੀ ਆ ਲੱਗਦਾ ਕਿ ਅੱਜ ਉਹ ਸਾਡੇ ਆ, ਪਰ ਉਹ ਜੇ ਬਾਦਲਾਂ ਦੇ ਨਹੀਂ ਨਾ ਹੋਏ, ਉਹ ਸਕੇ ਕਿਸੇ ਦੇ ਵੀ ਨਹੀਂ ਹੁੰਦੇ। ਇਹ ਗੱਲ ਸਾਰਿਆਂ ਨੂੰ ਸੋਚਣੀ ਪਊਦੇ ਨਾ ਉਹ ਪੰਜਾਬ ਦੇ ਸਕੇ ਹੋਣ, ਕਿਉਂਕਿ ਪੰਜਾਬ ਨੂੰ ਬਾਈ ਜੀ ਕੀ ਆ, ਮੈਂ ਕਹਿੰਦਾ ਵੀ ਭੱਠੀ ਦੇ ਵਿੱਚ ਤਪਾ ਮੈਂ ਕਿ ਤਪਾਉਣਾ ਇਹਨਾਂ ਦੀ ਮਜਬੂਰੀ ਆ ਉਹਨਾਂ ਦੀ, ਕਿਉਂਕਿ ਪੰਜਾਬ ਨੂੰ ਡਿਸਟਰਬ ਰੱਖ ਕੇ ਉਹ ਪੂਰੇ ਕੀ ਆ ਮੁਲਕ ਦੇ ਵਿੱਚੋਂ ਵੋਟਾਂ ਬਟੋਰਦੀ ਕਾਂਗਰਸ ਵੀ ਰਹੀ ਆ ਅਤੇ ਨਵੇਂ ਵੀ ਬਟੋਰਦੇ ਰਹੇ ਆ। ਹੋਰ ਦੱਸ ਦਿਓ, ਉਹਨਾਂ ਨੇ ਬੀਜੇਪੀ ਅਤੇ ਆਮ ਆਦਮੀ ਪਾਰਟੀ 'ਤੇ ਪ੍ਰਸਿੱਧ ਇਲਜ਼ਾਮ ਲਾਏ ਨੇ ਕਿ ਇਹ ਸਭ ਜਿਸ ਦੇ ਇਸ਼ਾਰੇ 'ਤੇ ਹੋ ਰਿਹਾ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਇਸ਼ਾਰੇ 'ਤੇ ਹੋ ਰਿਹਾ, ਕਿਵੇਂ ਦੇਖਦੇ ਹੋ ਇਸ ਚੀਜ਼? ਮੈਂ ਕਹਿੰਦਾ ਬਾਈ ਜੀ ਬਿਲਕੁਲ, ਮੈਂ ਕਹਿੰਦਾ ਸਾਰਾ ਗੱਲ ਚਿਠਲਾਈ ਨਹੀਂ ਜਾ ਸਕਦੀ, ਇਸ਼ਾਰੇ 'ਤੇ ਵਾਕਈ ਕੀ ਆ, ਪਿੱਛੇ ਨਾ ਪਿੱਛੇ ਕਿਤੇ ਨਾ ਕਿਤੇ ਤਾਰ ਹੱਲ ਰਹੀ ਆ, ਠੀਕ ਹੈ, ਹੱਲ ਰਹੀ ਆ, ਪਰ ਤਾਰ ਹੱਲ ਕਿਉਂ ਰਹੀ ਆ? ਕਿਉਂਕਿ ਤੁਹਾਡੇ 'ਚ ਕਾਣਵੀ ਨਾ। ਮੈਂ ਜਿਵੇਂ ਗੱਲ ਕੀਤੀ ਆ ਵੀ ਕਾਣੀ ਦੇ ਕਣ ਪੈਣ ਵਾਲੀ ਗੱਲ ਆ, ਕਾਣੇ ਦਾ ਪਹਿਲਾਂ ਆਪ ਨੇ ਮਾਗੇ, ਇੱਕ ਅੱਧੀ ਗੱਲ 'ਚ ਕਾਣੇ ਨਹੀਂ ਬਾਈ, ਤੁਸੀਂ ਇਹ ਲਾ ਲਓ ਵੀ ਕਿੰਨਾ ਕੁਛ ਯਾਰ ਹੁਣ ਉਜਾਗਰ ਹੋ ਗਿਆ। ਇਕੱਲਾ ਇਹ ਨਹੀਂ, ਮੈਂ ਕਹਿੰਦਾ ਵੀ 2007 ਵਾਲੇ ਕਾਂਡ 'ਚ ਮਾਫ਼ੀ, ਉਦੋਂ ਬਾਅਦ 2015 ਵਾਲੇ ਉਹਦੇ ਵਿੱਚ ਮਾਫ਼ੀ, ਜਿੰਨਾ ਕੁਛ ਕੀ ਆ ਜਿਵੇਂ ਆਪਾਂ ਸੀਕੁਐਂਸ ਦੇ ਵਿੱਚ ਜੇ ਆਪਾਂ ਚੈੱਕ ਕਰਦੇ ਹਾਂ ਨਾ ਬਾਈ, 2015 ਦੇ ਵਿੱਚ ਤੁਸੀਂ ਇਹ ਲਾ ਲਓ 23-24 ਨਿਰਗਾ ਸਤੰਬਰ ਦੀ ਗੱਲ ਆ, ਜਦੋਂ ਮਾਫ਼ੀਨਾਮਾ ਅਕਾਲ ਤਖ਼ਤ ਤੋਂ ਦਿੱਤਾ ਜਾਂਦਾ, ਅਕਾਲ ਦਲ ਦੇ ਜਥੇਦਾਰਾਂ ਨੂੰ ਕੀ ਆ ਬੁਲਾਇਆ ਜਾਂਦਾ, ਇੱਕ ਪੋਲੀਟੀਕਲ ਪਾਰਟੀ ਦਾ ਹੈੱਡ ਯਾਰ ਘਰੇ ਬੁਲਾ ਕੇ ਮਾਫ਼ੀਨਾਮਾ ਦੇ ਦਿੰਦਾ, ਅਤੇ ਮਾਫ਼ੀਨਾਮਾ ਦੇਣ ਤੋਂ ਬਾਅਦ ਕੀ ਅਕਾਲ ਦਲ ਦਾ ਜਥੇਦਾਰ ਜਦੋਂ ਐਲਾਨ ਕਰਦਾ 23 ਸਤੰਬਰ ਨੂੰ ਐਲਾਨ ਹੁੰਦਾ 2015 ਨੂੰ ਵੀ ਸਰਸੇ ਵਾਲੇ ਨੂੰ ਮਾਫ਼ ਕੀਤਾ ਜਾਂਦਾ, ਅਤੇ ਉਹੀ 23 ਸਤੰਬਰ ਨੂੰ ਫਿਰ ਬਾਈ ਤੁਹਾਡੇ ਯਾਰ ਯਾਦ ਹੋਵੇ ਬੁਰਜ ਜਵਾਹਰ ਸਿੰਘ ਵਾਲੇ ਦੇ ਵਿੱਚ ਟਾਈਮ ਲਾਈਨ ਚੈੱਕ ਕਰਨ ਵਾਲੀ ਆ, ਉਸੇ 23 ਸਤੰਬਰ ਨੂੰ ਜਿੱਦੇ ਮਾਫ਼ੀਨਾਮਾ ਹੁੰਦਾ 23 ਸਤੰਬਰ ਨੂੰ ਬੁਰਜ ਜਵਾਹਰ ਸਿੰਘ ਦੀਆਂ ਕੰਧਾਂ 'ਤੇ ਪੋਸਟਰ ਲੱਗ ਜਾਂਦੇ ਆ ਵੀ ਤੁਹਾਡਾ ਗੁਰੂ ਸਾਡੇ ਕੋਲ ਆ, ਉਹ ਦਮ ਹੈਗਾ ਦਮਾਂ ਕਿ ਬਹੁਤ ਗੰਦੀ ਸ਼ਬਦਾਵਲੀ ਸਾਡੇ ਮੈਂ ਕਿ ਪੰਥ ਵਾਸਤੇ ਵਰਤੀ ਗਈ ਆ, ਵਰਤੀ ਕਿਹਨਾਂ ਵੱਲੋਂ ਗਈ, ਹੁਣ ਤਾਂ ਜੱਗ ਜ਼ਾਹਰ ਹੋ ਗਿਆ, ਇਹੀ ਸਰਸੇ ਵਾਲੇ ਦੇ ਸਾਧ ਦੇ ਨਾਲ ਜੁੜੇ ਹੋਏ ਲੋਕ ਸੀ, ਅਤੇ ਕਰਵਾਇਆ ਕਿਹਨਾਂ ਨੇ ਸੀ, ਸ਼ਰੇਆਮ ਕਹਿ ਰਿਹਾ ਵੀ ਹਣੀਪ੍ਰੀਤ ਇਹਨਾਂ ਨੇ ਕਰਵਾਏ ਸੀ ਉਹਨੇ, ਮੈਂ ਕਹਿੰਦਾ ਵੀ ਜਿਹੜੀਆਂ ਪ੍ਰਦੀਪ ਕਲੇਰ ਨੇ ਗੱਲਾਂ ਕੀਤੀਆਂ ਨੇ ਅੱਜ ਉਹ ਹਰੇਕ ਗੱਲ ਜੈ ਸ਼੍ਰੀ ਰਾਮ ਕਹਿ ਕੇ ਸ਼ੁਰੂ ਕਰਦਾ। ਬੇਸ਼ੱਕ ਕੀ ਆ, ਮੈਂ ਕਹਿੰਦਾ ਵੀ ਕਿਸੇ ਦੀ ਇੰਟਰਵਿਊ ਹੁੰਦੀ ਆ ਉਹ ਕੀ ਆ, ਤੁਸੀਂ ਇੱਕ ਦੇਖੋ ਸਿੰਬੋਲਿਕ ਤੌਰ 'ਤੇ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਬੋਲੀ ਬੋਲਦੇ ਆ, ਠੀਕ ਹੈ ਨਾ, ਇਹਨੇ ਵੀ ਜੈ ਸ਼੍ਰੀ ਰਾਮ ਕਹਿ ਕੇ ਗੱਲ ਕੀਤੀ, ਹੋਰ ਜਿਹੜੇ ਜੇਲ੍ਹਾਂ 'ਚ ਬੈਠੇ ਆ ਉਹ ਵੀ ਕੀ ਆ ਉਹੀ ਗੱਲਾਂ ਕਰਦੇ ਆ। ਹੁਣ ਮਸਲਾ ਤਾਂ ਇਹ ਆ ਵੀ ਪਿੱਛੇ ਜਿਹੜੀ ਸਿਸਟਮ ਚੱਲ ਰਿਹਾ ਉਹ ਸਾਰੇ ਲੋਕਾਂ ਨੂੰ ਸਮਝ ਆਉਂਦਾ, ਬਾਕੀ ਦੂਜੀ ਗੱਲ ਇਹ ਆ ਕਿ ਸਾਡੇ ਨਾ ਸਿਆਸਤ ਦੇ ਵਿੱਚ ਇੱਕ ਗੱਲ ਨੂੰ ਬੜਾ ਗਲਤ ਪ੍ਰਚਾਰਿਆ ਗਿਆ। ਮੈਂ ਸਾਰੇ ਭਰਾਵਾਂ ਨਾਲ ਇੱਕ ਬੇਨਤੀ ਕਰਦਾ, ਇੱਕ ਗੱਲ ਨੂੰ ਵਾਰ ਵਾਰ ਕਿਹਾ ਜਾਂਦਾ ਕਿ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ।
ਹੁਣ ਰੌਲਾ ਕੀ ਹੈ, ਇਹਨੂੰ ਐਕਸਪਲੇਨ ਵੀ ਗਲਤ ਕੀਤਾ ਗਿਆ ਅੱਜ ਤੱਕ ਜਿਹੜਾ ਕੀਤਾ ਗਿਆ। ਸਭ ਤੋਂ ਪਹਿਲਾਂ ਮੈਂ ਅੱਜ ਕੀ ਹੈ ਬੇਨਤੀ ਕਰਦਾ, ਸਮਝੋ ਕਿਸੇ ਬੜੇ ਵੱਡੇ ਵਿਦਵਾਨ ਸਕਾਲਰ ਬੰਦੇ ਨਾਲ ਕਿਤੇ ਬੈਠੇ, ਉਹਨੇ ਗੱਲਾਂ ਕੀਤੀਆਂ, ਕਹਿੰਦਾ ਪੌਜ਼ ਹੀ ਗਲਤ ਥਾਵਾਂ 'ਤੇ ਦਿੰਦਿਆ ਅਤੇ ਅਰਥ ਪੁੱਠੇ ਕਰ ਦਿੱਤੇ। ਹੁਣ ਇਹ ਕਹਿੰਦੇ ਸੀ ਵੀ ਰਾਜ ਬਿਨਾ ਨਾ ਧਰਮ ਚੱਲਿਆ, ਕਹਿੰਦੇ ਜਿਹੜਾ ਧਰਮ ਆ ਉਹ ਰਾਜ ਬਿਨਾ ਚੱਲ ਨਹੀਂ ਸਕਦਾ, ਅਤੇ ਮਗਰੋਂ ਕਹਿੰਦੇ ਧਰਮ ਬਿਨਾ ਸਭ ਦਲੇ ਮਿਲੇ ਹੈ, ਧਰਮ ਬਿਨਾ ਸਾਰਾ ਕੁਝ ਕਹਿੰਦਾ ਕੀ ਹੈ ਖਤਮ ਆ। ਜੇ ਧਰਮ ਸਭ ਤੋਂ ਸੁਪਰੀਮ ਆ ਫਿਰ ਰਾਜ ਉਹ ਤੋਂ ਵੱਡਾ ਕਿਵੇਂ ਹੋ ਗਿਆ? ਹੁਣ ਉਹ ਪੌਜ ਕਿੱਥੇ ਆਉਂਦਾ, ਇਹ ਗੱਲ ਸਮਝਣ ਦੀ ਲੋੜ ਆ। ਸਾਰੇ ਮੈਂ ਕਿ ਵੀਰਾਂ ਨੂੰ ਮੈਂ ਬੇਨਤੀ ਕਰਦਾ, ਪੌਜ ਆਉਂਦਾ ਰਾ ਕੀ ਆ ਰਾਜ ਤੋਂ ਬਾਅਦ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਰਾਜ ਬਿਨਾਂ ਧਰਮ ਤੋਂ ਚੱਲ ਨਹੀਂ ਸਕਦਾ। ਜਦੋਂ ਅਸੀਂ ਕੀ ਆ ਧਰਮ ਨਾਲ ਰਾਜ ਨਹੀਂ ਚਲਾਉਂਦੇ, ਰਾਜ ਵੱਡਾ ਨਹੀਂ ਹੈ, ਰਾਜ 'ਤੇ ਪੌਜ ਆ ਜਾਂਦਾ, ਰਾਜ ਬਿਨਾਂ ਨਾ ਧਰਮ ਚੱਲੇ, ਰਾਜ ਬਿਨਾਂ ਧਰਮ ਤੋਂ ਚੱਲ ਹੀ ਨਹੀਂ ਸਕਦਾ। ਅਤੇ ਜਦੋਂ ਅਸੀਂ ਅਧਰਮੀ ਹੋਵਾਂਗੇ ਨਾ ਫਿਰ ਹਾਲਾਤ ਜਿਹੜੇ ਆ ਬਾਦਲ ਕੇ ਵਾਲੇ ਹੋਣਗੇ, ਅਤੇ ਜਿਹੜੀਆਂ ਸੈਂਟਰ 'ਚ ਬੈਠੇ ਆ ਨਾ ਜਾਪਦੇ ਆਪ ਨੂੰ ਹਿੰਦੂ ਮਗੇ ਕਹਾਉਂਦੇ ਆ, ਅਤੇ ਮੈਂ ਕਿ ਜਿਹੜਾ ਕਹਿੰਦੇ ਆ ਵੀ ਅਸੀਂ ਕੀ ਹਿੰਦੂ ਰਾਸ਼ਟਰ ਬਣਾਵਾਂਗੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਗੱਲਾਂ ਆਉਣ ਵਾਲੇ ਟਾਈਮ 'ਚ ਦੇਣੀਆਂ ਪੈਣਗੀਆਂ। ਕਿਉਂਕਿ ਜਿਹੜਾ ਹਿੰਦੂਇਜ਼ਮ ਆ ਨਾ ਬਾਈ, ਉਹ ਮਨੁੱਖਤਾ ਵਿਰੋਧੀ ਨਹੀਂ ਹੋ ਸਕਦਾ, ਉਹ ਕਤਲੇਆਮ ਕਰਨ ਵਾਸਤੇ ਲੋਕਾਂ ਨੂੰ ਮੈਂ ਕਹਿ ਨਹੀਂ ਸਕਦਾ, ਉਹ ਦੰਗੇ ਨਹੀਂ ਕਰਾ ਸਕਦਾ, ਪਰ ਅੱਜ ਤੱਕ ਅਸੀਂ ਦੇਖਦੇ ਪਿਛਲੇ 10 ਸਾਲਾਂ 'ਚ ਦੰਗੇ ਹੀ ਹੋਏ ਨੇ, ਨਫ਼ਰਤ ਪੈਦਾ ਕੀਤੀ ਗਈ ਆ, ਬੰਦੇ ਤੋਂ ਬੰਦੇ ਨਾਲ ਨਫ਼ਰਤ ਪੈਦਾ ਕੀਤੀ ਗਈ ਆ। ਫਿਰ ਉਦੋਂ ਬਾਅਦ ਜਿਹੜਾ ਕਿਹਾ ਨਾ ਧਰਮ ਬਿਨਾਂ ਸਭ ਦਲੇ ਮਿਲੇ ਹੈ, ਧਰਮ ਸੁਪਰੀਮ ਆ, ਅਤੇ ਜਦੋਂ ਅਸੀਂ ਧਰਮ ਤੋਂ ਬਾਈ ਜੀ ਅਚਾਮਾ ਕੇ ਅਚਾਟ ਹੋ ਕੇ ਕਿਤੇ ਨਾ ਕਿਤੇ ਧਰਮ ਕੰਨੀ ਜਾਂਦੇ ਹਾਂ ਅਤੇ ਸੱਤਾ ਦੇ ਨਾਲ ਧਰਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਫਿਰ ਬਾਈ ਜੀ ਮੈਂ ਕਹਿੰਦਾ ਵੀ ਸਾਡੇ ਹਰੇਕ ਧਰਮ ਦੇ ਵਿੱਚ ਮੈਂ ਇਹੀ ਗੱਲ ਕਰਦਾ, ਚਾਹੇ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਜਿਹੜਾ ਬੰਦਾ ਵੀ ਕੀ ਆ ਧਰਮ ਦੇ ਮਾ ਕੇ ਲੀਹ ਤੋਂ ਨਾ ਚੱਲ ਕੇ ਧਰਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ, ਸਾਡੇ ਤਾਂ ਕਾਲ ਤਖ਼ਤ ਜਾਊਂਗੇ ਬਾਈ ਉੱਥੇ ਵੀ ਨਾ। ਜਿਹੜਾ ਅਸਲ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਜਿੱਥੇ ਕਾਲ ਤਖ਼ਤ ਬਣਿਆ ਅਤੇ ਜਿੱਥੇ ਸਾਡਾ ਕੀ ਹਰਿਮੰਦਰ ਸਾਹਿਬ ਬਣਿਆ ਪਿਆ, ਉਹਨਾਂ ਦੋਨਾਂ ਦੀ ਡਾਇਰੈਕਸ਼ਨ ਐਡੀ ਕੀ ਆ ਸੈਂਟੀਫਿਕ ਢੰਗ ਨਾਲ ਮਾ ਕੇ ਬਣਾਈ ਗਈ ਆ, ਉਹ ਸਿੰਬੋਲਿਕ ਤੌਰ 'ਤੇ ਬਣਾਈ ਗਈ ਆ। ਤੁਸੀਂ ਕੀ ਆ ਜੇਕਰ ਮੈਂ ਕਹਿੰਦਾ ਅਕਾਲ ਤਖ਼ਤ 'ਤੇ ਬੈਠੇ ਹੋ ਨਾ, ਅਕਾਲ ਤਖ਼ਤ ਕਨੀ ਤੁਹਾਡਾ ਫੇਸ ਦੇਖੋ ਜਦੋਂ ਮੱਥਾ ਟੇਕੋਗੇ, ਜਾਂ ਜਿੱਥੇ ਸੰਗਤ ਬੈਠੀ ਉਹਦਾ ਮੂੰਹ ਕੀ ਆ ਦਰਬਾਰ ਸਾਹਿਬ ਕਨੀ ਹੁੰਦਾ, ਅਤੇ ਜਦੋਂ ਤੁਸੀਂ ਦਰਬਾਰ ਸਾਹਿਬ ਜਾ ਕੇ ਉੱਥੇ ਬੈਠਦੇ ਹੋ ਹਰਿਮੰਦਰ ਸਾਹਿਬ ਦੇ ਵਿੱਚ, ਤਾਂ ਤੁਹਾਡੀ ਪਿੱਠ ਹੁੰਦੀ ਆ ਅਕਾਲ ਤਖ਼ਤ ਕਨੀ, ਕਿਉਂਕਿ ਅਕਾਲ ਤਖ਼ਤ ਕੀ ਆ ਸਿਆਸਤ ਦਾ ਸਿੰਬਲ ਆ। ਮਤਲਬ ਕੀ ਆ ਵੀ ਜਦੋਂ ਧਰਮ ਦੀ ਗੱਲ ਕਰਨੀ ਉਦੋਂ ਤੁਹਾਡੇ ਦਿਮਾਗ 'ਚ ਸਿਆਸਤ ਨਹੀਂ ਹੋਣੀ ਚਾਹੀਦੀ, ਅਤੇ ਜਦੋਂ ਤੁਸੀਂ ਸਿਆਸਤ ਕਰ ਰਹੇ ਹੋ ਧਰਮ ਤੁਹਾਡੇ ਮੂਹਰੇ ਹੋਣਾ ਚਾਹੀਦਾ। ਇਹ ਸਿੰਬੋਲਿਕ ਤੌਰ 'ਤੇ ਸਾਨੂੰ ਕੀ ਆ ਗੁਰੂ ਮਹਾਰਾਜ ਨੇ ਹਰ ਚੀਜ਼ ਦੇ ਵਿੱਚ ਰਮਜ ਸੀ, ਪਰ ਇਹਨਾਂ ਨੇ ਜਿਹੜੀ ਸਿਆਸਤ ਦੇ ਨਾਲ ਬਾਈ ਮੈਂ ਕਹਿੰਦਾ ਵੀ ਧਰਮ ਦੇ ਨਾਲ ਠੀਕ ਆ ਸਿਆਸਤ ਚਲਾਉਣ ਦੀ ਕੋਸ਼ਿਸ਼ ਕੀਤੀ ਆ, ਅਤੇ ਇਸੇ ਕਰਕੇ ਅੱਜ ਕੀ ਆ ਇਹ ਪੰਥ ਦੀ ਵੀ ਕਟਹਿਰੇ 'ਚ ਖੜ੍ਹੇ ਆ ਅਤੇ ਲੋਕਾਂ ਦੇ ਵੀ ਕਟਹਿਰੇ 'ਚ ਖੜ੍ਹੇ ਆ, ਅਤੇ ਇਹ ਬਖਸ਼ੇ ਨਹੀਂ ਜਾਂਦੇ, ਇਹ ਮੈਂ ਗਰੰਟੀ ਕਰਦਾ, ਚਾਹੇ ਬਲਟੋਹੇ ਵਰਗੇ ਜਿਹੜੇ ਹੈਗੇ ਇਹਨਾਂ ਨੇ ਛੱਡੇ ਹੋਏ ਆ, ਕੁਛ ਮਰਜ਼ੀ ਕਰ ਲੈਣ ਠੀਕ ਹੈ। ਵੀ ਹੁਣ ਮੈਂ ਤਾਂ ਹੀ ਕਹਿਣਾ ਵੀ ਜਿੰਨਾ ਕੁ ਹਾਲਾਤ ਇਹਨਾਂ ਦੇ ਮਾੜੇ ਹੋਣੇ ਸੀ ਉਹ ਹੋ ਚੁੱਕੇ ਆ, ਇਦੂ ਬਾਅਦ ਸੁਖਬੀਰ ਬਾਦਲ ਜੇ ਕਹੇ ਵੀ ਸਿਆਸਤ ਦੇ ਵਿੱਚ ਮੇਰੇ ਪੈਰ ਵੀ ਲੱਗ ਜਾਣਗੇ ਕਦੇ, ਮੈਂ ਕਹਿੰਦਾ ਭੁੱਲ ਜੇ, ਪਰ ਹਾਂ ਅਕਾਲੀ ਦਲ ਦੀ ਅੱਜ ਵੀ ਚੜ੍ਹਦੀ ਕਲਾ ਦੀ ਮੈਂ ਤਾਂ ਦੁਆ ਕਰਦਾ। ਅੱਛਾ ਇੱਕ ਚੀਜ਼ ਹੋਰ ਦੱਸ ਦਿਓ, ਜਿਵੇਂ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੀ ਆ ਕਿ ਜਿਹੜੀ ਇੰਟਰਵਿਊ ਆ ਉਹ ਵੀ ਸਕ੍ਰਿਪਟਡ ਆ, ਕਿਉਂਕਿ ਉਹ ਸਵਾਲ ਜਿਹੜੇ ਪੁੱਛੇ ਜਾਣੇ ਚਾਹੀਦੇ ਸੀ ਉਹ ਸਵਾਲ ਤਾਂ ਪੁੱਛੇ ਹੀ ਨਹੀਂ ਗਏ, ਕਹਿੰਦੇ ਬੇਅਦਬੀਆਂ ਦੀ ਗੱਲ ਸੀ, ਬੇਅਦਬੀ ਦੇ ਉੱਪਰ ਇੱਕ ਸਵਾਲ ਜਿਹੜਾ ਨਹੀਂ ਪੁੱਛਿਆ, ਕਿਸ ਤਰ੍ਹਾਂ ਦੇ ਨਾਲ ਹੋਈਆਂ, ਕੌਣ ਕੌਣ ਨਾਲ ਸੀ, ਕਿਹੜੇ ਰਲੇ ਸੀ, ਕਿਉਂ ਤੁਸੀਂ ਕਰਵਾਈਆਂ, ਉਹ ਚੀਜ਼ 'ਤੇ ਕਹਿੰਦੇ ਸਵਾਲ ਨਹੀਂ ਪੁੱਛਿਆ ਗਿਆ। ਤਾਂ ਵੱਡੇ ਸਵਾਲ ਇੰਟਰਵਿਊ 'ਤੇ ਵੀ ਖੜ੍ਹੇ ਕੀਤੇ, ਕਹਿੰਦੇ ਸਕ੍ਰਿਪਟਡ ਆ, ਜਾਣ ਬੁੱਝ ਕੇ ਜੋ ਕੁਛ ਸਕ੍ਰਿਪਟ ਦੇ ਵਿੱਚ ਸੀ ਉਹੀ ਕੁਛ ਬੋਲਿਆ ਗਿਆ। ਸਕ੍ਰਿਪਟ ਛੱਡੋ ਬਾਈ, ਅਗਲੇ ਨੇ ਕਿਹਾ ਕੀ ਇਹ ਗੱਲ ਸਮਝ ਲਿਓ, ਉਹ ਕਹਿੰਦਾ ਵੀ ਅਜੇ ਟੀਜ਼ਰ ਆ, ਬਾਕੀ ਸਾਰਾ ਕੁਛ ਆਉਣਾ, ਦੇਖੋ ਉਹ ਸਾਰਾ ਕੁਛ ਮੰਨੀ ਜਾ ਰਿਹਾ, ਉਹ ਗੱਲ ਕਹਿ ਵੀ ਰਿਹਾ, ਉਹ ਸਰਸੇ ਵਾਲੇ ਨੂੰ ਵੀ ਕੰਡੈਮ ਕਰ ਰਿਹਾ, ਨਾਲ ਬਾਦਲਾਂ ਨੂੰ ਵੀ ਕੰਡੈਮ ਕਰ ਰਿਹਾ, ਬਖਸ਼ੋ ਕਿਸੇ ਨੂੰ ਨਹੀਂ ਰਿਹਾ। ਆਉਣ ਵਾਲੇ ਟਾਈਮ 'ਚ ਬੜੀਆਂ ਚੀਜ਼ਾਂ ਨੇ, ਕਿਉਂਕਿ ਅਸਲ ਦੇ ਵਿੱਚ ਬਾਈ ਜੀ ਉਹ ਜਿਹੜਾ ਕੇਸ ਪਿਆ ਹੋਇਆ ਨਾ, ਉਹ ਬੇਅਦਬੀ ਵਾਲਾ ਮਸਲਾ ਜਿਹੜਾ ਬਗਰਾੜੀ ਵਾਲਾ ਮਾ ਕੇ ਕੇਸ ਆ, ਉਹ ਕੇਸ ਦੇ ਵਿੱਚ ਉਹ ਭਾਗੀਦਾਰ ਆ, ਇਸੇ ਕਰਕੇ ਉਸ ਕੇਸ ਦੀ ਕੀ ਆ ਮਗੇ ਤਫਸੀਲ ਕੀ ਆ ਉਹਨੇ ਸ਼ੇਅਰ ਨਹੀਂ ਕੀਤੀ, ਕਿਉਂਕਿ ਜਦੋਂ ਕੀ ਆ ਵਾਅਦਾ ਮੁਆਫ ਗਵਾਹ ਤੁਸੀਂ ਬਣੇ ਹੋ ਨਾ, ਜਿੰਨਾ ਚਿਰ ਉਹਦਾ ਫੈਸਲਾ ਨਹੀਂ ਹੁੰਦਾ ਤੁਸੀਂ ਉਹ ਚੀਜ਼ ਦੀ ਡਿਟੇਲ ਨਹੀਂ ਦੇ ਸਕਦੇ। ਹੁਣ ਉਸੇ ਚੀਜ਼ ਦੀ ਕੀ ਆ ਫੜ ਕੇ ਇਹ ਬਲਟੋਹੇ ਵਰਗੇ ਰੌਲਾ ਪਾਉਂਦੇ ਵੀ ਹਾਂਜੀ ਉਹਦੀ ਗੱਲ ਨਹੀਂ ਕਰਦੇ, ਉਹਦੀ ਗੱਲ ਉਹ ਕਰ ਨਹੀਂ ਸਕਦਾ, ਉਹਨੇ ਗੱਲਾਂ ਕਿਹੜੀਆਂ ਕੀਤੀਆਂ ਨੇ ਜਿਹੜੀਆਂ ਗੱਲਾਂ ਕੀ ਇਹਦੇ ਨਾਲ ਨਹੀਂ ਜੁੜੀਆਂ ਵੀਆਂ। ਮਾਫੀ ਜਿਹੜੀ ਮਾਫੀਨਾਮਾ ਲੋਕਾਂ ਦੇ ਦਿਮਾਗ ਸ਼ਾਇਦ ਭੁੱਲ ਗਏ, ਇਹ ਮਾਫੀਨਾਮਾ 2007 ਵਾਲੀ ਗਲਤੀ ਦਾ ਦਿੱਤਾ ਗਿਆ, ਨਾ ਕਿ ਮਾ ਕੇ ਬਗਰਾੜੀ ਬਹਿਬਲ ਕਲਾਣਾ ਦਾ। ਉਹ ਬਹਿਬਲ ਅਤੇ ਬਗਰਾੜੀ ਵਾਲੇ ਕੇਸ ਦੇ ਵਿੱਚ ਨਾਮਜ਼ਦ ਦੋਸ਼ੀ ਆ,
ਉਹਦੇ ਵਿੱਚ ਤਾਂ ਸਾਰਾ ਕੁਝ ਲਗਭਗ ਉਹਨੇ ਜਿਹੜਾ ਬਿਆਨ ਦਿੱਤਾ ਨਾ ਪਿੱਛੇ ਜੇ ਮੈਂ ਕਿਹਾ ਉਹ ਗੱਲਾਂ ਲੀਕ ਹੋਈਆਂ ਸੀ, ਉਹ ਬਿਆਨ 'ਚ ਲਗਭਗ ਸਾਰਾ ਕੁਝ ਜ਼ਾਹਰ ਆ। ਉਹ ਕਹਿੰਦਾ ਵੀ ਸਾਨੂੰ ਹਣੀਪ੍ਰੀਤ ਅਤੇ ਮੈਂ ਕਿਹਾ ਉਹਦੇ ਵੱਲੋਂ ਕਿਹਾ ਗਿਆ ਸੀ ਜਦੋਂ ਇੱਕ ਕਥਾਵਾਚਕ ਜਾ ਕੇ ਉੱਥੇ ਕਥਾ ਕਰਦਾ ਅਤੇ ਕਥਾ ਦੇ ਦੌਰਾਨ ਕੀ ਆ ਉਹ ਲੋਕਾਂ ਦੇ ਗਲਾਂ ਦੇ ਵਿੱਚੋਂ ਇਹ ਕੇ ਲਹਾਉਂਦਾ ਜਿਹੜਾ ਇਹਨਾਂ ਦਾ ਧਾਰਮਿਕ ਸਿੰਬਲ ਸੀ। ਤਾਂ ਉਦੋਂ ਬਾਅਦ ਫਿਰ ਹਣੀਪ੍ਰੀਤ ਨੇ ਕਿਹਾ ਸੀ ਜੇ ਉਹਨੇ ਤੁਹਾਡਾ ਕਰਤਾ ਫਿਰ ਤੁਸੀਂ ਉਹਨਾਂ ਦੇ ਗੁਰੂ ਨੂੰ ਰੋਲ ਦਿਓ। ਬਕਾਇਦਾ ਸਾਰੀਆਂ ਗੱਲਾਂ ਪਹਿਲਾਂ ਮਾੜੀਆਂ ਮਾੜੀਆਂ ਹਿੰਟ ਜੀ ਇਹ ਦਿੱਤੇ ਜਾ ਚੁੱਕੇ ਆ। ਕਹਿੰਦੇ ਵੀ ਉੱਧਰੋਂ ਸਾਨੂੰ ਮੈਂ ਕਿ ਹੁਕਮ ਹੋਇਆ ਸੀ ਸ਼ਰੇਆਮ, ਪਰ ਇੱਕ ਬਾਈ ਜੀ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਆ ਸੈਂਟਰਲ ਏਜੰਸੀਆਂ ਵਾਸਤੇ ਵੀ ਜਿੰਨੀਆਂ ਜਾਂਚ ਏਜੰਸੀਆਂ ਬਣੀਆਂ ਨੇ ਉਹ ਬੰਦਾ ਸ਼ਰੇਆਮ ਕਹਿੰਦਾ ਵੀ 20 ਸਾਲ ਹੋ ਗਏ ਮੈਨੂੰ ਤੁਰੇ ਫਿਰਦੇ ਨੂੰ। ਦੂਜੀ ਗੱਲ ਇਹ ਆ ਕਿ ਸਰਸੇ ਵਾਲਾ ਸਾਧ ਡਾਇਰੈਕਟ ਹਰ ਕੇਸ ਦੇ ਵਿੱਚ ਇਨਵੋਲਵ ਆ। ਹਣੀਪ੍ਰੀਤ ਅਤੇ ਸਰਸੇ ਵਾਲਾ ਸਾਧ ਜਿਵੇਂ ਇਹਨੇ ਵੀ ਗੱਲ ਕੀਤੀ ਆ ਕਿ ਆਪਦੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਸਰਸਾ ਸਾਧ ਨੇ ਆਪ ਕਿਹਾ ਵੀ ਪੰਜਾਬ ਮੇਂ ਹਮਾਰੀ ਫਿਲਮ ਕਿਉਂ ਨਹੀਂ ਚਲਤੀ। ਉਹ ਕਹਿੰਦਾ 200 ਕਰੋੜ ਦਾ ਬਿਜ਼ਨਸ ਕਰ ਸਕਦਾ, ਫਿਰ ਜਾ ਕੇ ਸੁਖਬੀਰ ਬਾਦਲ ਨੂੰ ਕਿਉਂ ਨਹੀਂ ਕਹਿੰਦੇ ਵੀ ਤੈਨੂੰ ਭਾਈ ਅਸੀਂ 9 'ਚ ਵੋਟਾਂ ਪਵਾਈਆਂ 12 'ਚ ਵੋਟਾਂ ਪਵਾਈਆਂ ਵੀ ਸਾਡੀ ਸਪੋਰਟ ਕਰ, ਅਤੇ ਕਹਿੰਦੇ ਸੁਖਬੀਰ ਬਾਦਲ ਕੋਲੇ ਗਿਆ ਤਾਂ ਇੱਕ ਬੜੀ ਭਾਈ ਇੰਟਰਸਟਿੰਗ ਗੱਲ ਰਹੇਗੀ। ਸੁਖਬੀਰ ਬਾਦਲ ਕੀ ਆ ਮੈਂ ਕਹਿੰਦਾ ਮੰਦਭਾਗੀ ਇੰਟਰਸਟਿੰਗ ਨਹੀਂ ਕਹਿੰਦਾ, ਪਰ ਮੈਂ ਕਹਿੰਦਾ ਵੀ ਜਿਹੜੇ ਲੋਕਾਂ ਨੇ ਗੱਲ ਸੁਣੀ ਉਹਨਾਂ ਨੂੰ ਸਮਝਣ ਵਾਲੀ ਗੱਲ ਆ ਇਹ। ਸੁਖਬੀਰ ਬਾਦਲ ਬੋਲਿਆ ਕਹਿੰਦੇ ਕੀ ਉਹਨੇ ਬੰਦੇ ਨੇ ਜ਼ਿਕਰ ਕੀਤਾ, ਸੁਖਬੀਰ ਬਾਦਲ ਕਹਿੰਦਾ ਵੀ ਜਿਵੇਂ ਤੁਹਾਡਾ ਬਾਬਾ ਨਾ ਤੁਹਾਡੇ ਮੈਂ ਕਿਹਾ ਇਧਰਲੇ ਪਾਸੇ, ਕਹਿੰਦਾ ਮੈਂ ਇਧਰਲੇ ਪਾਸੇ ਬਾਬਾ, ਅਤੇ ਕਹਿੰਦਾ ਵੀ ਤੁਸੀਂ ਇਧਰਲੇ ਪਾਸੇ ਮਾਫੀਨਾਮਾ ਲਿਖਾਓ, ਕਹਿੰਦਾ ਮੈਂ ਮਾਫੀ ਹੁਣੀ ਕਰਵਾ ਲੈਣਾ, ਜਿਵੇਂ ਸਾਰਾ ਪੰਥ ਕੀ ਆ ਮੁੱਲ ਲਿਆ ਹੋਇਆ ਹੋਵੇ। ਉਸੇ ਚੀਜ਼ ਨੇ ਮੈਂ ਕਿਹਾ ਕੀ ਆ ਇਹਨਾਂ ਬੰਦਿਆਂ ਨੂੰ ਮੈਂ ਖਤਮ ਕੀਤਾ। ਹੁਣ ਇਹ ਕਹਿੰਦਾ ਕਿ ਆਪਦੇ ਆਪ ਨੂੰ ਬਾਬਾ ਗਿਣਦਾ, ਮੈਂ ਕਿਹਾ ਸਿੱਖ ਪੰਥ 'ਚ ਬਾਬੇ ਨਹੀਂ ਚੱਲਦੇ, ਸਿੱਖ ਪੰਥ 'ਚ ਸਰਮੌਰ ਸਾਡਾ ਗੁਰੂ ਆ, ਅਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਜੇ ਤੁਸੀਂ ਕੀ ਆ ਮਾਫੀ ਆਪਦੀ ਆਪ ਮੈਂ ਜਿਹੜਾ ਕੰਮ ਕੀਤਾ ਜਿਵੇਂ ਮਾਫੀ ਉਹਨੇ ਗੱਲ ਵੀ ਕੀਤੀ ਆ, ਉਹ ਕਹਿੰਦਾ ਵੀ ਮਾਫੀ ਲਿਖਣ ਵਾਸਤੇ ਅਸੀਂ ਹਿੰਦੀ ਦੇ ਵਿੱਚ ਲਿਖਿਆ ਗਿਆ ਸੀ, ਸਿਰਫ ਉਸ ਬੰਦੇ ਵੱਲੋਂ ਸਰਸਾ ਸਾਧ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕਹਿੰਦਾ ਵੀ ਇਹਨਾਂ ਨੇ ਵਿੱਚ ਵਰਡਿੰਗ ਵੀ ਆਪਦੀ ਪਾਈ, ਫਿਰ ਪੰਜਾਬੀ 'ਚ ਕੀ ਆ ਟ੍ਰਾਂਸਲੇਟ ਕੀਤਾ ਇਹਨਾਂ ਨੇ ਬੈਠ ਕੇ, ਉਹ ਬਕਾਇਦਾ ਨਾਂ ਲੈ ਰਿਹਾ ਚੀਮਾ ਉਹ ਨਾਲ ਮੌਜੂਦ ਸੀ, ਬੰਦਿਆਂ ਦੇ ਵੀ ਨਾਲ ਕੀ ਡਿਟੇਲ ਦੱਸ ਰਿਹਾ। ਉਦੋਂ ਬਾਅਦ ਸੈਕਿੰਡ ਟਾਈਮ ਜਦੋਂ ਮਿਲਦੇ ਆ ਤਾਂ ਉਹਨੇ ਕੀ ਆ ਦੂਜੀ ਵਾਰ ਜਦੋਂ ਸੈਕਿੰਡ ਇੱਕ ਮਾਫੀਨਾਮਾ ਨਹੀਂ ਸੀ ਉਹ 'ਚ ਕਿਹਾ ਸੀ ਕਿ ਸਿੱਖ ਦੀ ਭਾਵਨਾਵਾਂ ਦੀ ਕਦਰ ਕਰਦੇ, ਇੱਕ ਦੁਬਾਰੇ ਚਿੱਠੀ ਲਿਖਾਈ ਗਈ ਸੀ ਬਾਦਲਾਂ ਵੱਲੋਂ। ਉਹ ਚਿੱਠੀ ਦੇ ਵੇਲੇ ਜਦੋਂ ਗੱਲ ਕੀਤੀ ਉਦੋਂ ਕਹਿੰਦਾ ਰਾਮੂ ਵਾਲੀਆ ਮੌਜੂਦ ਸੀ, ਤਾਂ ਉਹ ਕਹਿੰਦਾ ਬੰਦਿਆਂ ਦੇ ਬਾਈ ਜੀ ਨਾਂ ਲੈ ਕੇ ਜਿੰਨੀਆਂ ਗੱਲਾਂ ਨਸ਼ਰ ਕੀਤੀਆਂ, ਪਰ ਉਹਨਾਂ ਬੰਦਿਆਂ ਨੂੰ ਅਜੇ ਤੱਕ ਨਾ ਤਾਂ ਕੋਈ ਏਜੰਸੀ ਨਾ CBI ਕੋਲ ਵੀ ਜਾਂਚ ਰਹਿ ਚੁੱਕੀ ਆ, ਹੋਰ ਬੜਾ ਕੁਝ ਹੋ ਚੁੱਕਿਆ। ਯਾਰ ਸਰਸੇ ਵਾਲੇ ਸਾਧ ਨੂੰ ਤੁਸੀਂ ਇਹ ਲਾ ਲਓ ਵੀ ਕੋਰਟਾਂ ਵੱਲੋਂ ਵੀ ਛੋਟ ਮਿਲ ਚੁੱਕੀ ਆ ਵੀ ਉਹਨੂੰ ਇਸ ਕੇਸ ਦੇ ਵਿੱਚ ਕੀ ਆ ਬੁਲਾਇਆ ਨਹੀਂ ਜਾ ਸਕਦਾ, ਉਹਦਾ ਜੁਡੀਸ਼ੀਅਲ ਰਿਮਾਂਡ ਨਹੀਂ ਲਿਆ ਜਾ ਸਕਦਾ। ਕਿੰਨੀ ਮੰਦਭਾਗੀ ਗੱਲ ਆ, ਸ਼ਰੇਆਮ ਬੰਦਾ ਇੱਕ ਇਨਵੋਲਵ ਆ, ਡਾਇਰੈਕਟ ਉਹਦੀ ਇਨਵੋਲਵਮੈਂਟ ਆ, ਗਵਾਹ ਕਹਿ ਰਹੇ ਆ, ਉਹਦਾ ਨਾਂ ਲੈ ਰਹੇ ਆ ਵੀ ਸਾਨੂੰ ਉਹਦੇ ਵੱਲੋਂ ਕੀਤਾ ਗਿਆ, ਪਰ ਫਿਰ ਵੀ ਜਿਹਦਾ ਨਹੀਂ ਲਿਆ ਜਾ ਰਿਹਾ ਕਿਤੇ ਨਾ ਕਿਤੇ ਸਾਡੀ ਪੈਰਵਾਈ 'ਚ ਕਮੀ ਆ ਅਤੇ ਜਿਹੜੇ ਤਾਹਾਂ ਬੈਠੇ ਆ ਉਹਨਾਂ ਦੀ ਨੀਅਤ 'ਚ ਕਮੀ ਆ। ਕੀ ਲੱਗਦਾ ਪ੍ਰਦੀਪ ਕਲੇਰ ਨੂੰ ਕਟਹਿਰੇ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਆ, ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਮੰਨਦੇ ਹੋ ਕਿ ਜਿਵੇਂ ਉਹ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਲਜ਼ਾਮ ਲਾਏ ਨੇ ਕਿ ਹੁਣ ਉਹ ਸੱਚਾ ਸੁੱਚਾ ਬਣ ਕੇ ਬਦਮਾਨ ਬਣ ਕੇ ਬੜਾ ਚੰਗਾ ਬਣ ਕੇ ਸਿੱਖ ਕੌਮ ਦੇ ਸਾਹਮਣੇ ਆ ਰਿਹਾ, ਕਹਿੰਦੇ ਹਾਲਾਂਕਿ ਉਹ ਇਸ ਚੀਜ਼ ਦੇ ਵਿੱਚ ਮੁੱਖ ਗਵਾਹ ਆ, ਇਹ ਚੀਜ਼ਾਂ ਉਹਨਾਂ ਦੇ ਵੱਲੋਂ ਕਰਵਾਈਆਂ ਗਈਆਂ ਨੇ, ਉਹਨਾਂ ਦਾ ਹੋਰ ਵੀ ਬੜੇ ਸ਼ਬਦ ਜਿਹੜੇ ਹੈਗੇ ਵਰਤੇ ਆ ਵਿਰਸਾ ਸਿੰਘ ਬਲਟੋਹਾ ਨੇ। ਕੀ ਮੰਨੀਏ ਕਿ ਹੁਣ ਕਟਹਿਰੇ ਤੋਂ ਬਿਰਤੋਂ ਬਾਹਰ ਕਰ ਦੇਣਾ ਚਾਹੀਦਾ ਜਾਂ ਫਿਰ ਮੁਆਫ਼ ਕਰ ਦੇਣਾ ਚਾਹੀਦਾ ਜਿਹਨੇ ਇੰਨਾ ਕੁਛ ਕਰਵਾਇਆ? ਬਈ ਮਾਫ਼ ਕਰਨ ਵਾਲੇ ਬਈ ਨਾ ਤਾਂ ਆਪਾਂ ਗੱਲ ਕਹਿ ਸਕਦੇ ਹਾਂ, ਮੈਂ ਕਿਹਾ ਮਾਫ਼ ਕਰਨ ਵਾਲਾ ਤਾਂ ਪੰਥ ਆ ਅਤੇ ਪੰਥ ਨੇ ਅੱਜ ਤੱਕ ਬਖਸ਼ਿਆ ਨਹੀਂ ਕੋਈ ਬਾਈ। ਮੈਨੂੰ ਮੈਂ ਇੱਕ ਦਾਦਾ ਮਹਿੰਦਰਪਾਲ ਬਿੱਟੂ ਵੀ ਵਾਹਦਾ ਮਾਫ਼ ਗਵਾਹ ਬਣ ਗਿਆ ਸੀ, ਉਹਨੇ ਬਿਆਨ ਵੀ ਦਿੱਤਾ ਸੀ, ਪਰ ਉਦੋਂ ਬਾਅਦ ਕੀ ਉਹਨੂੰ ਜੇਲ੍ਹ 'ਚ ਨਾਭਾ ਜੇਲ੍ਹ ਦੇ ਵਿੱਚ 2019 ਦੇ ਵਿੱਚ ਕੀ ਆ ਮਾਰ ਦਿੱਤਾ ਗਿਆ। ਮੈਂ ਇੱਕ ਤੁਹਾਨੂੰ ਦੱਸਦਾ ਵੀ ਸਿੱਖ ਭਾਵਨਾਵਾਂ ਦੇ ਵਿੱਚ ਜਿਹੜੇ ਨੌਜਵਾਨਾਂ ਦੀਆਂ ਭਾਵਨਾਵਾਂ ਹੈਗੀਆਂ ਨਾ, ਉਹਨਾਂ ਭਾਵਨਾਵਾਂ ਦੇ 'ਚ ਕੋਈ ਨਾ ਕੋਈ ਉੱਠੀ ਖੜਦਾ, ਲੋਕਾਂ ਨੇ ਇੰਦਰਾ ਗਾਂਧੀ ਨਹੀਂ ਛੱਡੀ ਬਾਈ, ਬੇਅੰਤ ਸਿੰਘ ਕਰਕੇ ਨਹੀਂ ਮੈਂ ਕਿ ਛੱਡੇ। ਮੈਂ ਕਹਿੰਦਾ ਵੀ ਜਿਹੜੇ ਇਹ ਲੋਕ ਨੇ ਨਾ, ਬੇਸ਼ੱਕ ਪ੍ਰਦੀਪ ਕਲੇਰ ਲੱਖ ਦੁੱਧ ਧੋਤਾ ਬਣ ਜੇ, ਲੱਖ ਜਿੰਨਾ ਮਰਜ਼ੀ ਚੰਗਾ ਬਣ ਜੇ, ਪਰ ਤੁਹਾਨੂੰ ਮੈਂ ਇਹ ਦੱਸਦਾ ਵੀ ਸਿੱਖ ਭਾਵਨਾਵਾਂ ਦੇ ਵਿੱਚ ਨਾ ਕਿਤੇ ਲੋਕਾਂ ਨੇ ਉਹਨੂੰ ਦੋਸ਼ੀ ਗਰਦਾਨਦੇ ਆ, ਕਿਉਂਕਿ ਸਾਡੇ ਗੁਰੂ ਦੇ ਇੱਕ ਤਾਂ ਇਹ ਹੁੰਦਾ ਨਾ ਵੀ ਥੋੜ੍ਹਾ ਮੋਟਾ ਮਾ ਕੇ ਰੋਲ ਹੋਵੇ। ਇਹ ਬੰਦੇ ਪ੍ਰਮੁੱਖ ਮਾ ਕੇ ਸੀਗੇ, ਇਹਨਾਂ ਦੇ ਨਾਂ ਜਦੋਂ ਦੇਖਦੇ ਹਾਂ ਨਾ ਆਪਾਂ, ਨਾਂ ਤਾਂ ਇਹਨਾਂ ਦੇ ਜਿਹੜੇ ਹੈਗੇ ਹਰਸ਼ ਧੂਰੀ ਲੱਗਦਾ ਕਬੱਡੀ ਦੇ ਪਲੇਅਰ ਹੋਣਗੇ ਜਦੋਂ ਆਪਾਂ ਸੁਣਦੇ ਹਾਂ, ਠੀਕ ਹੈ ਨਾ, ਉਹ ਦਿੜ ਵਾਲਿਆ ਹੋ ਗਿਆ, ਹੋਰ ਹੋ ਗਿਆ, ਜਿਵੇਂ ਕਬੱਡੀ ਕੱਪ ਦੇ ਕੋਈ ਪਲੇਅਰ ਹੋਣ। ਪਰ ਜਿਵੇਂ ਜਿਵੇਂ ਕੀ ਆ ਲੋਕਾਂ ਨੂੰ ਬਈ ਜ਼ਹਿਨੀਅਤ ਦੇ ਵਿੱਚ ਨਾ ਲੋਕਾਂ ਦੇ ਇਹ ਲੋਕ, ਜਿਵੇਂ ਤੁਹਾਨੂੰ ਮੈਂ ਪਹਿਲਾਂ ਗੱਲ ਆਖੀ ਸੀ ਵੀ ਇਹ ਲੋਕ ਵੀ ਜਿਹੜੇ ਹੈਗੇ ਪਰਮ ਗੁਨਾਹਗਾਰ ਨੇ,
ਇੱਕ ਧਾਰਮਿਕ ਲਿਬਾਸ ਦੇ ਵਿੱਚ ਜਦੋਂ ਪਾ ਕੇ ਤੁਸੀਂ ਗਲਤੀ ਕਰਦੇ ਹੋ ਨਾ ਤਾਂ ਉਹ ਬਖਸ਼ੇ ਨਹੀਂ ਜਾਂਦੇ। ਮੈਂ ਕਹਿੰਦਾ ਵੀ ਇਹ ਵੀ ਬਖਸ਼ੇ ਨਹੀਂ ਜਾਂਦੇ, ਇਹ ਬਖਸ਼ੇ ਹੁਣ ਦੋਨਾਂ ਪਾਸੋਂ ਹੀ ਮਰਨਗੇ। ਨਾ ਤਾਂ ਆਪਦੇ ਮਾ ਕੇ ਜਿੱਧਰ ਕੀ ਆ ਉੱਧਰੋਂ ਮਲਾਈਆਂ ਖਾਧੀਆਂ ਸੀ, ਇਹ ਬੰਦਾ ਛੋਟੀ ਮੋਟੀ ਪੋਸਟ 'ਤੇ ਨਹੀਂ ਰਿਹਾ ਬਾਈ ਜਸ, ਇਹ ਬੰਦਾ ਉਹਨਾਂ ਦੇ ਪੋਲੀਟੀਕਲ ਜਿਹੜੀ ਮਾ ਕੇ ਸੀ ਨੈਸ਼ਨਲ ਹੈੱਡ ਰਿਹਾ, ਸਾਰੇ ਫੈਸਲੇ ਲੈਣ ਦੇ ਵਿੱਚ, ਮੀਟਿੰਗਾਂ ਕਰਨ ਦੇ ਵਿੱਚ ਇਹ ਬੰਦਾ ਮੇਨ ਹੁੰਦਾ ਸੀ। 2023 ਤੱਕ ਕਹਿੰਦਾ ਮੇਰੇ ਪਿਓ ਮਾ ਕੇ ਜਿਹੜੇ ਸੀਗੇ ਮਾਂ ਪਿਓ ਬੱਚੇ ਬਾਲ ਬੱਚੇ ਉੱਥੇ ਰਹੇ ਆ ਸਰਸੇ ਡੇਰੇ 'ਚ, ਹੁਣ ਉੱਥੋਂ ਬਾਹਰ ਆਇਆ, ਉੱਥੋਂ ਬਾਹਰ ਆ ਕੇ ਹੁਣ ਦੇਖੋ ਸਿਆਸਤ ਦਾ ਕੋਈ ਸਕਾ ਨਹੀਂ, ਹੁਣ ਉਹਨੂੰ ਬਾਬੇ ਦੀ ਵੀ ਲੋੜ ਹੈ ਨਹੀਂ ਸੈਂਟਰ ਸਿਆਸਤ ਵਾਲਿਆਂ ਨੂੰ, ਉਹਨਾਂ ਨੇ ਦੇਖ ਲਿਆ ਕਿੰਨੇ ਕਿਹਨਾਂ ਦੇ ਪੱਲੇ ਹੈਗਾ। ਪੰਜਾਬ ਦੀ ਸਿਆਸਤ ਦੇ ਵਿੱਚ ਕੀ ਆ, ਵੈਸੇ ਇਹਨਾਂ ਦਾ ਕੋਈ ਪ੍ਰਭਾਵ ਰਿਹਾ ਨਹੀਂ, ਠੀਕ ਹੈ, ਉਹ ਪ੍ਰਭਾਵ ਪਹਿਲਾਂ ਵੀ ਨਹੀਂ ਸੀ। ਬਾਦਲ ਕਹਿੰਦੇ ਪਤਾ ਨਹੀਂ ਕੀ ਇਹਨਾਂ ਦੇ ਮੰਦਬੁੱਧੀ, ਮੈਂ ਕਹਿਣਾ ਹੁੰਦਾ ਵੀ ਸੁਖਬੀਰ ਵੀ ਮੰਦਬੁੱਧੀ ਸਮਝੋ, ਵੀ ਇਹਨੂੰ ਇੰਨੀ ਸਮਝ ਨਹੀਂ ਆਈ ਵੀ 7 ਦੇ ਵਿੱਚ ਇਹ ਕਾਂਗਰਸ ਨੂੰ ਨਹੀਂ ਜਿਤਾ ਸਕੇ, ਉਦੋਂ ਬਾਅਦ ਤੁਹਾਨੂੰ ਨਹੀਂ ਜਿਤਾ ਸਕੇ 17 ਦੇ ਵਿੱਚ। ਤੁਸੀਂ ਲੁੱਕ ਕੇ 2 ਵਾਰ ਮੀਟਿੰਗਾਂ, ਕਦੇ ਜੈਪੁਰ ਜਾ ਕੇ ਆਉਂਦਾ, ਕਦੇ ਦਿੱਲੀ ਜਾ ਕੇ ਉਹਦੇ ਕੋਲ ਜਾ ਕੇ ਮਿੰਤ ਤਰਲਾ ਕਰਕੇ ਆਉਂਦੇ ਆ, ਉਹ ਵੀ ਉਸ ਬੰਦੇ ਦੀ ਕਰਦੇ ਆ ਜਿਹੜਾ ਬੰਦਾ ਪੰਥ ਦੇ ਵਿੱਚੋਂ ਕੀ ਆ ਸਾਡੇ ਕਾਲ ਤਖਤ ਤੋਂ ਸੇਕਿਆ ਜਾਂਦਾ। ਪਰ ਉਹ ਕਹਿੰਦੇ ਨੇ ਕਿਸ ਤਾਂ ਇਹਨਾਂ ਤੋਂ ਕਦੇ ਜਿਹੜੀ ਹੈਗੀ ਆ ਸਪੋਰਟ ਹੀ ਨਹੀਂ ਲਈ, ਕਹਿੰਦੇ ਜੇ ਸਪੋਰਟ ਲਈਏ ਤਾਂ ਫਿਰ ਐਤਕੀ ਤਾਂ ਐਤਕੀ ਵੀ ਜਿੱਤ ਗਏ, ਕਹਿੰਦੇ ਆਪਦੇ ਦਮ 'ਤੇ ਜਿੱਤਿਆ, ਆਪਦੇ ਕੰਮ ਕੀਤੇ ਤਾਂ ਜਿੱਤਿਆ, ਅਸੀਂ ਤਾਂ ਸਪੋਰਟ ਨਾਲ ਜਿੱਤਦੇ ਨਹੀਂ ਰਹੇ। ਬਾਈ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ, ਮੈਂ ਕਿ 17 ਦੇ ਵਿੱਚ 7 MLA ਸੀ ਅਕਾਲੀ ਦਲ ਦੇ ਸਮੇਤ ਮਲੂਕਾ ਤਲਵੰਡੀ, ਇੱਥੇ ਆਪਣੇ ਬਠਿੰਡੇ ਦੇ ਵਿੱਚ ਆਪਾਂ ਬੈਠੇ ਹਾਂ, ਇੱਥੇ ਬਠਿੰਡੇ ਦੇ ਵਿੱਚ ਇੱਕ ਫੰਕਸ਼ਨ ਹੋਇਆ ਸੀ, ਬਾਹਾਂ ਫੜ ਕੇ ਕੀ ਆ ਸਰਸੇ ਵਾਲਿਆਂ ਦਾ ਪ੍ਰੋਗਰਾਮ ਸੀ, ਬਾਹਾਂ ਫੜ ਕੇ 7 MLA ਖੜ੍ਹੇ ਸੀ, ਮੈਂ ਕਿ ਠੀਕ ਆ ਜਿੱਤ ਦਾ ਸਿੰਬਲ ਬਣਾ ਕੇ ਖੜ੍ਹਦੇ ਰਹੇ, ਇਹਨਾਂ ਦੀਆਂ ਸਟੇਜਾਂ ਦੇ ਉੱਤੇ ਖੜ੍ਹੇ ਸੀਗੇ ਬਕਾਇਦਾ। ਉਹ ਯਾਰ ਜਿਹੜੀਆਂ ਚੀਜ਼ਾਂ, ਮੈਂ ਕਹਿੰਦਾ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਈ ਜਸ਼, ਜਿਹੜੀ ਚੀਜ਼ ਨਾ ਮੈਂ ਕਿ ਅੱਜ ਦੁਨੀਆਂ 'ਚੋਂ ਕੋਈ ਕੁਛ ਨਹੀਂ ਮੈਂ ਕਿ ਸੱਚਾਈ ਲੁਕੋਈ ਜਾ ਸਕਦੀ, ਜਿਵੇਂ ਗੱਲ ਕਰਦੇ ਨਾ ਮੈਂ ਕਿ ਉਹਦੀ ਵੀਡੀਓ ਹੈ ਨਹੀਂ ਫਲਾਣਾ ਨਹੀਂ, ਵੀਡੀਓਜ਼ ਵੀ ਆ ਜਾਣਗੀਆਂ ਕਿਤੇ ਨਾ ਕਿਤੇ, ਸਭ ਕੁਝ ਕੀ ਆ ਲੋਕਾਂ ਦੇ ਮੂਹਰੇ, ਇਹ ਟੀਜ਼ਰ ਦੀ ਗੱਲ ਕੀਤੀ ਗਈ ਆ, ਸਭ ਕੁਝ ਹੋਊਗਾ। ਜਿਹੜੀ ਗੱਲ ਅੱਜ ਆਪਾਂ ਇੱਥੇ ਬੈਠੇ ਹਵਾ 'ਚ ਕਰ ਰਹੇ ਹਾਂ ਨਾ, ਇਹ ਗੱਲ ਕਦੇ ਮਰਦੀ ਨਹੀਂ ਕਹਿੰਦੇ, ਜਿਹੜਾ ਮੈਂ ਬੋਲ ਰਿਹਾ ਇੱਥੋਂ ਬੋਲਿਆ ਬੋਲ ਮੈਂ ਕਿ ਰਹਿੰਦੀ ਦੁਨੀਆਂ ਤੱਕ ਰਹਿੰਦਾ, ਅਤੇ ਮੈਂ ਤੁਹਾਨੂੰ ਤਾਂ ਹੀ ਕਹਿਣਾ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਨੇ ਨਾ ਗਲਤੀਆਂ ਨੇ, ਇਹ ਰਹਿੰਦੀ ਦੁਨੀਆਂ ਤੱਕ ਬਾਈ ਜੀ ਕੀ ਆ ਜਾਣਗੀਆਂ, ਇਹ ਲੁਕੋਈਆਂ ਨਹੀਂ ਜਾ ਸਕਦੀਆਂ, ਜਿੰਨਾ ਮਰਜ਼ੀ ਇਹ ਜ਼ੋਰ ਲਾ ਲੈਣ। ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਜਿਵੇਂ ਗੱਲ ਕਰਦੇ ਨਾ ਵੀ ਅੱਗੋਂ ਢੱਕਦੇ ਆ ਪਿੱਛੋਂ ਨੰਗੇ ਹੋ ਜਾਂਦੇ ਆ, ਪਿੱਛੋਂ ਢੱਕਦੇ ਆ ਮੂਹਰੋਂ ਨੰਗੇ ਹੋ ਜਾਂਦੇ, ਇਹਨਾਂ ਦੀ ਤੇੜੋਂ ਨੰਗੇ ਹੋ ਗਏ, ਠੀਕ ਹੈ ਨਾ, ਇਦੋਂ ਬਾਅਦ ਰਿਹਾ ਇਹਨਾਂ ਦੇ ਪੱਲੇ ਕੁਛ ਨਹੀਂ। ਇਸ ਕਰਕੇ ਕੀ ਆ, ਮੈਂ ਤਾਂ ਪੰਜਾਬੀਆਂ ਨੂੰ ਇੱਕ ਬੇਨਤੀ ਕਰਦਾ, ਠੀਕ ਆ ਪੰਥ ਦੇ ਵਿੱਚ ਕੀ ਆ ਜੁੜੇ ਰਹੋ, ਪੰਥ ਦੇ ਵਿੱਚ ਕੀ ਆ ਬੜੇ ਲੋਕ ਹੈਗੇ ਆ, ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਜੀ ਪੰਜਾਬ ਪੰਥ ਦੇ ਨਾਂ 'ਤੇ ਗੁਰਾਂ ਦੇ ਨਾਂ 'ਤੇ ਹੀ ਬਸਣਾ, ਅਤੇ ਪੰਜਾਬ ਦੇ ਵਿੱਚੋਂ ਕੋਈ ਨਾ ਕੋਈ ਧਿਰ ਕੀ ਆ, ਕੋਈ ਚੰਗੇ ਲੋਕ ਹੀ ਆ, ਉੱਠਣਗੇ ਲਾਜ਼ਮੀ, ਇਹ ਮੇਰਾ ਦਿਲ ਕਹਿੰਦਾ ਆਸ ਕਹਿੰਦੀ ਆ, ਅਤੇ ਉਹੀ ਧਿਰ ਪੰਜਾਬ ਦੀਆਂ ਅਸਲ ਜਿਹੜੀਆਂ ਰੋਹ ਰੀਤਾਂ ਲਾ ਲਓ, ਪੰਜਾਬ ਦਾ ਕਲਚਰ ਲਾ ਲਓ, ਉਹਨੂੰ ਅੱਗੇ ਵੀ ਲੈ ਕੇ ਜਾਓ, ਅਤੇ ਪੰਜਾਬ ਨੂੰ ਮੁੜਲੀਹਾਂ 'ਤੇ ਲੈ ਕੇ ਆਊ, ਇਹ ਆਉਣ ਵਾਲੇ ਟਾਈਮ 'ਚ 100% ਹੋਣੀ ਹੋਣਾ। ਅਤੇ ਉਹ ਜਿਹੜੀਆਂ ਆਵਾਜ਼ ਆਉਣੀ ਆ, ਜਿਵੇਂ ਕਹਿੰਦਾ ਵੀ ਜਾਵੇਂਗਾ ਦੂਰ ਜੇ ਆਪਣੀਆਂ ਜੜ੍ਹਾਂ ਤੋਂ ਤਾਂ ਮਾਰੇਗਾ ਆਵਾਜ਼ ਫਿਰ ਆਪਣੀਆਂ ਜੜ੍ਹਾਂ ਨੂੰ, ਤਾਂ ਮਿਲੂਗਾ ਹੰਗਾਰਾ ਜੇ ਤੈਨੂੰ ਤਾਂ ਮਿਲੂਗਾ ਆਪਣੀਆਂ ਜੜ੍ਹਾਂ ਤੋਂ, ਜੜ੍ਹਾਂ ਸਾਡੀਆਂ ਪੰਥ ਆ, ਜੜ੍ਹਾਂ ਸਾਡਾ ਮੈਂ ਕਹੇਗਾ, ਇੱਥੋਂ ਕੋਈ ਨਾ ਕੋਈ ਆਵਾਜ਼ ਉੱਠੂਗੀ। ਅਤੇ ਉਹ ਆਵਾਜ਼ ਮੈਂ ਕਹਿੰਦਾ ਪੰਜਾਬ ਦੇ ਵਿੱਚ ਜਦੋਂ ਗਈ ਲੋਕਾਂ ਨੇ ਫਰੀਦਕੋਟ ਦੇ ਵਿੱਚ ਅਤੇ ਉੱਥੇ ਦਿੱਤਾ ਸਾਥ, ਤਾਂ ਲੋਕ ਸਾਥ ਦੇਣਗੇ ਬਾਈ। ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਮੇਰੇ ਨਾਲ ਬਾਈ ਰੁਪਿੰਦਰ ਹੋ ਰਹੀ ਜੀ, ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ, ਤੁਹਾਡੀ ਟਿੱਪਣੀ ਬੜੀ ਅਹਿਮ ਹੈ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ, ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਧੰਨਵਾਦ ਜੀ।